ਵਿਆਹਣ ਤੋਂ ਬਾਅਦ ਕਦੀ ਇੱਦਾਂ ਦਾ ਫੀਲ ਹੁੰਦਾ ਯਾਰ ਇੱਦਾਂ ਦਾ ਚੰਗਾ ਛੜੀ ਚੰਗੀ ਸੀ? ਨਹੀਂ, ਬਹੁਤ ਵਾਰ ਹੁੰਦਾ ਜੀ ਹਰੇਕ ਬੰਦੇ ਨੂੰ ਕਿ ਥੋੜ੍ਹਾ ਜਿਹਾ ਹੋਰ ਰੁਕ ਲੈਂਦੇ ਸ਼ਾਇਦ ਹੋਰ ਵਧੀਆ ਹੋ ਜਾਂਦਾ। ਛੜੇ ਵਾਲੀ ਲਾਈਫ ਮੈਂ ਭਾਅ ਜੀ ਬੈਸਟ ਬਿਆਨ ਕਰ ਸਕਦਾ। ਜੀ ਜੀ ਜੀ, ਇਹ ਲਾਈਫ ਬਹੁਤ ਘੈਂਟ ਆ, ਬਹੁਤ ਨਜ਼ਾਰੇਦਾਰ ਆ। ਬਟ ਲੋਕ ਫਿਲਮਾਂ 'ਚ ਵਿਆਹ ਵਾਲੀ ਜ਼ਿੰਦਗੀ ਯੂਜ਼ ਕਰਦੇ ਨੇ, ਬਾਈ ਆਪਣੀ ਰੀਲਾਂ 'ਚ ਵੀ ਚੱਕੀ ਕਰਦਾ ਕੰਮਦਾਰ ਬਾਈ ਪੂਰਾ। ਰੀਲਾਂ ਵਾਲੇ ਵਿਆਹ ਵੀ ਆਪਾਂ ਗਿਣ ਲਈਏ, ਫਿਲਮਾਂ ਵਾਲੇ ਗਿਣ ਲਈਏ, ਤਾਂ ਮੇਰੇ ਫਿਰ ਨੀਅਰ 100+ ਸੈਂਚਰੀ ਕ੍ਰੋਸ ਹੋ ਗਈ ਵੀ ਵਿਆਹ, ਅਤੇ 100 ਕੀ ਜਿਹੜੀ ਗਰਲਫ੍ਰੈਂਡ ਨਾਲ ਰਿਲੇਟ ਉਹ ਬਣਾਈਆਂ ਨੇ ਵੀਡੀਓ ਉਹ, ਅਤੇ 100 ਕੁ ਵਿਆਹ, ਅਤੇ ਅਸਲੀ ਜ਼ਿੰਦਗੀ 'ਚ ਕੱਖ ਵੀ ਨਹੀਂ। ਅਸਲੀ ਜ਼ਿੰਦਗੀ ਮੈਂ ਛੜਾ ਛਾਣ ਅਤੇ ਸੋਲੋ ਸਿੰਗਲ ਬੰਦਾ ਹਾਂ। ਇਹ ਇਹ ਨਾ ਜਿਹੜੀ ਕਹਾਣੀ ਸੁਣਦੇ ਨਾ ਆਪਾਂ ਵੀ ਰਾਜੇ ਦੀਆਂ 100 ਰਾਣੀਆਂ ਸੀ, ਉਹ ਰਾਜਾ ਹੈ ਤੁਹਾਡਾ। ਹੁਣ ਸੱਚੀ ਦਿਲ ਇਹ ਤਾਂ ਨਹੀਂ ਕਰਦਾ ਕਿ ਯਾਰ ਨਹੀਂ ਜੇ ਕਿਤੇ ਮੈਂ ਵਿਆਹ ਕਰਾ ਲਿਆ ਤਾਂ ਇਹ ਚੀਜ਼ਾਂ ਬੰਦ ਹੋਣਗੀਆਂ, ਮੇਰੀ ਜਨਾਨੀ ਨੇ ਮੈਨੂੰ ਕਿਸੇ ਹੋਰ ਦੇ ਨੇੜੇ ਨਹੀਂ ਜਾਣ ਦੇਣਾ? ਉਹ ਮੈਨੂੰ ਸਿੰਗਲ ਲਾਈਫ ਚੰਗੀ ਲੱਗਦੀ ਹੈ ਬੇਸਿਕਲੀ। 25 ਸਾਲ ਦੇ ਨੀਅਰ ਅੰਦਰ ਬਾਹਰ ਵਿਆਹ ਹੋ ਜਾਣਾ ਚਾਹੀਦਾ, ਜਦੋਂ ਤੁਸੀਂ ਇੱਥੋਂ ਕ੍ਰੋਸ ਕਰ ਜਾਂਦੇ ਤਾਂ ਫਿਰ ਮੈਨੂੰ ਲੱਗਦਾ ਬੰਦਾ ਡਾਵਾਂ ਡੋਲ ਜਿਹਾ ਹੋ ਜਾਂਦਾ ਵੀ ਹੁਣ ਕੀ ਕਰੀਏ। ਐਕਚੁਅਲੀ ਨਾ ਬਹੁਤ ਬੰਦਿਆਂ ਨੇ ਵਿਆਹ ਕਰਾਉਣੇ, ਉਹਨਾਂ ਦਾ ਦਿਲ ਟੁੱਟ ਜਾਣਾ ਵੀ ਯਾਰ ਦਦਾਰ ਹੌਸਲਾ ਹਾਰ ਗਿਆ, ਤੈਨੂੰ ਕਰਾ ਲੈਣਾ ਚਾਹੀਦਾ, 45 ਸਾਲ ਕੋਈ ਜ਼ਿਆਦਾ ਨਹੀਂ ਹੁੰਦੀ। ਨਹੀਂ ਨਹੀਂ ਉਹ ਤਾਂ ਨਾ ਮੈਨੂੰ ਇੱਕ ਵਾਰੀ ਟੱਕਰਿਆ ਸੀ, ਉਹ ਪੜ੍ਹਿਆ ਲਿਖਿਆ ਨਾ ਪੜ੍ਹਿਆ ਲਿਖਿਆ ਕੀ ਕਹਿੰਦਾ, ਡਰਨਾ ਮੈਂ PhD ਕੁਛ ਨਹੀਂ ਕਹਿੰਦਾ, ਕਹਿੰਦਾ ਦਦਾਰ ਵੀ ਜਾਣਦਾ ਮੈਨੂੰ, ਉਹਦੇ ਕਹਿੰਦਾ ਦਦਾਰ ਨਾਲ ਰੀਲਾਂ ਬਣਾਉਂਦਾ ਬਣਾਉਂਦਾ ਮਰ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਬੜਾ ਚੰਗਾ ਲੱਗਦਾ ਉਹਨਾਂ ਕਲਾਕਾਰਾਂ ਨੂੰ ਵਾਰ ਵਾਰ ਦੇਖ ਕੇ ਹਰ ਫਿਲਮ ਦੇ ਵਿੱਚ, ਜਿਹੜੇ ਕਿ ਤੁਹਾਡੇ ਚਿਹਰੇ 'ਤੇ ਮੁਸਕਾਨ ਲੈ ਕੇ ਆਉਂਦੇ ਨੇ, ਜਿਹੜੇ ਤੁਹਾਨੂੰ ਹਸਾਉਂਦੇ ਨੇ, ਅਤੇ ਆਪਣੇ ਕਿਰਦਾਰ ਦੇ ਨਾਲ ਅਲੱਗ ਰੂਪ 'ਚ ਉਹ ਰਵਾਉਂਦੇ ਵੀ ਨੇ। ਹਰ ਇੱਕ ਤਰ੍ਹਾਂ ਦੀ ਕਲਾਕਾਰੀ 'ਚ ਆਪਣੇ ਆਪ ਨੂੰ ਵੱਖਰੇ ਤਰੀਕੇ ਨਾਲ ਪ੍ਰੈਜੈਂਟ ਕਰਦੇ ਨੇ ਹਰ ਫਿਲਮ ਦੇ ਵਿੱਚ। ਐਂਡ ਸਾਰਾ ਸਮਾਂ ਨਹੀਂ ਲਵਾਂਗੇ ਇੰਟਰੋਡਕਸ਼ਨ 'ਤੇ, ਸਵਾਗਤ ਕਰ ਲੈਂਦੇ ਹਾਂ ਸਾਡੇ ਅੱਜ ਦੇ ਗੈਸਟ ਦੀਦਾਰਗੀਰ ਬਾਈ ਐਂਡ ਰਵਿੰਦਰ ਮੰਡ ਬਾਈ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ, ਚੜ੍ਹਦੀ ਕਲਾ। ਮੰਡ ਬਾਈ ਲਾਡ ਬਾਗ ਜੀ, ਸੋਹਣੇ ਲੱਗ ਰਹੇ। ਥੈਂਕ ਯੂ ਵੀਰੇ, ਥੈਂਕ ਯੂ। ਬਹੁਤ ਮਿਲਦੇ ਆ, ਬਹੁਤ ਜ਼ਿਆਦਾ, ਫਿਰ ਤਾਂ ਬੰਦਾ ਫਟਣ ਵਾਲਾ ਕੰਮ ਹੈ ਨਾ ਜੀ। ਨਹੀਂ ਮੈਂ ਡਬਿੰਗ ਤੇ ਚੱਲਿਆ ਸੀ ਕਿਸੇ ਪਾਸੇ, ਤੇ ਇਹ ਬਾਈ ਜੀ ਦਾ ਹੁਕਮ ਹੋਇਆ ਕਿ ਇੱਧਰ ਪਹੁੰਚਣਾ, ਵਿਵੇਕ ਜੀ ਦਾ ਫਿਰ ਫਿਲਮ ਜੱਟ ਨੂੰ ਫੇਲ ਟੱਕਰੀ ਜੀ, ਇਹਨਾਂ ਤੁਹਾਡੀ ਆ ਰਹੀ ਆ,
ਅਸੀਂ ਹੁਣੇ ਪਿੱਛੇ ਗਿੱਪੀ ਬਾਈ ਹੋਰਾਂ ਨਾਲ ਮਿਲੇ ਸੀਗੇ ਅਤੇ ਗਿੱਪੀ ਬਾਈ ਕਹਿੰਦੇ ਸੀਗੇ, ਕਹਿੰਦੇ ਜਿਹੜਾ ਦੀਦਾਰ ਦੇ ਮਨ ਦਾ ਕਰੈਕਟਰ ਉਹਨਾਂ ਵਾਕਈ ਇਸ ਫਿਲਮ 'ਚ ਦੇਖਣ ਵਾਲਾ ਹੋਊਗਾ ਕਿਉਂਕਿ ਮੇਰੇ ਦੋਸਤ ਨੇ ਉਹ ਅਤੇ ਮੇਰੇ ਦੋਸਤਾਂ ਇੱਕ ਕਹਿੰਦੇ ਨੇ ਕਹਿੰਦੇ ਦੋਸਤਾਂ ਉੱਤੇ ਜਿੱਦਾਂ ਦੀ ਜੱਦੋਜਹਿਦ ਹੁੰਦੀ ਆ, ਜਿੱਦਾਂ ਦਾ ਧੱਕਾ ਹੁੰਦਾ ਆ ਜੀ, ਤੁਸੀਂ ਜਿਵੇਂ ਇਮੈਜਿਨ ਕਰਦੇ ਹੋ ਆਪਣੀ ਜ਼ਿੰਦਗੀ 'ਚ, ਕਹਿੰਦਾ ਉੱਦਾਂ ਦਾ ਜਮਾਂ ਹੀ ਉਹਨਾਂ ਨਾਲ ਹੋਇਆ। ਬਿਲਕੁਲ ਤਾਂ ਕਿੱਡੀ ਕੁ ਤੁਹਾਡੇ ਨਾਲ ਮਾੜੀ ਹੋਈ ਹੈ ਮੈਨੂੰ ਇਹ ਗੱਲ ਦੱਸੋ, ਇੱਕ ਇੱਕ ਕਰਕੇ ਦੀਦਾਰ ਵੀ ਪਹਿਲਾਂ ਤੁਸੀਂ ਦੱਸੋ। ਮਾੜੀ ਹੋਣੀ ਤਾਂ ਨਹੀਂ, ਸਾਡੇ ਤਾਂ ਬੜੀ ਵਧੀਆ ਖੁਸ਼ੀ ਖੁਸ਼ੀ ਟਰੈਕ ਚੱਲ ਰਹੇ ਸੀਗੇ, ਉਹ ਵੀਰੇ ਹੋਣਾਂ ਨੇ ਆਪ ਹੀ ਕਰਵਾਈ ਸਾਰੀ, ਸਾਡੇ ਨਾਲ ਜਿੰਨੀ ਮਾੜੀ ਹੋਈ ਹੈ ਵੀ ਉਹ ਗਿੱਪੀ ਭਾਅ ਜੀ ਹੋਣਾਂ ਨੇ ਕਹਿ ਕੇ ਮਤਲਬ ਪਤਾ ਨਹੀਂ ਕੀ ਸਿਚੁਏਸ਼ਨ ਬਣਵਾ ਤੀ ਇੱਦਾਂ ਦੀ ਵੀ ਇਹਨਾਂ ਨੇ ਸਾਡੀਆਂ ਘਰਦੀਆਂ ਨੂੰ ਚੁੱਕ ਚੁਕਾ ਦਿੱਤਾ ਇਹੋ ਜਿਹਾ ਵੀ ਜਿੰਨੀ ਵੀ ਫਿਲਮ 'ਚ ਸਾਡੇ ਨਾਲ ਮਾੜੀ ਹੋਈ ਉਹ ਭਾਅ ਜੀ ਨੇ ਭਾਅ ਜੀ ਦੇ ਕਰਕੇ ਹੀ ਹੋਈ ਆ, ਸਾਡੀ ਇਹ ਦਸ਼ਾ ਜਿਹੜੀ ਆ ਮਤਲਬ ਜਿਹੜੀ ਨਜ਼ਰ ਆ ਰਹੀ ਆ ਸਾਡੀਆਂ ਲੱਤਾਂ ਬਾਹਾਂ ਟੁੱਟੀਆਂ ਉਹ ਭਾਅ ਜੀ ਕਰਕੇ ਆ ਸਾਰਾ ਕੁਝ। ਹਾਂਜੀ, ਇੱਕ ਨਾ ਬੰਦੇ ਦੇ ਅੰਦਰ ਹਮੇਸ਼ਾ ਕਸ਼ਮਕਸ਼ ਜੀ ਚੱਲਦੀ ਰਹਿੰਦੀ ਹੈ ਵੀ ਸ਼ਾਇਦ ਵਿਆਹਤਾ ਜ਼ਿੰਦਗੀ ਵਧੀਆ ਹੈ ਨਾ, ਫਿਰ ਕਈ ਵਾਰ ਲੱਗਣ ਲੱਗ ਜਾਂਦਾ ਨਹੀਂ ਯਾਰ ਅਨਮੈਰਿਡ ਬੰਦੇ ਜ਼ਿਆਦਾ ਵਧੀਆ ਹੈ ਨਾ, ਉਸ ਚੱਕਰ ਵੀ ਉਹਦੇ ਵਿੱਚ ਘੁਮਾ ਘੁਮਾ ਕੇ ਉਹਨੂੰ ਲੱਗਦਾ ਵੀ ਜਾਂ ਤਾਂ ਇਹ ਘਰ ਵਾਲੀਆਂ ਛੱਡ ਦੇਣ ਜਾਂ ਮੈਂ ਵਿਆਹ ਕਰਾ ਲਾਂ ਹੈ ਨਾ, ਇਸੇ ਚੱਕਰ ਦੇ ਵਿੱਚ ਸਾਰਾ ਛੇਸ਼ੋ ਪੰਜ ਚੱਲਦਾ ਰਹਿੰਦਾ ਪੂਰਾ ਵਰਤਾਂਤ ਜਿਹੜਾ ਫਿਲਮ ਦੇ ਵਿੱਚ ਹੈਗਾ, ਅਤੇ ਸਾਨੂੰ ਉਹ ਚੱਕਰਾਂ 'ਚ ਪਾ ਰੱਖਦਾ ਵਿਆਹੇ ਬੰਦਿਆਂ ਨੂੰ ਛੱਡਾ, ਅਤੇ ਹੌਲੀ ਹੌਲੀ ਕਰਕੇ ਫਿਰ ਆਪ ਵੀ ਸਾਡੀ ਲਾਈਨ 'ਤੇ ਆਉਣਾ ਪੈਂਦਾ। ਵੈਸੇ ਵਿਆਹਣ ਤੋਂ ਬਾਅਦ ਜਦੋਂ ਦੀਦਾਰ ਬਾਈ ਤੋਂ ਗੱਲ ਪੁੱਛਣੀ ਵਾਜਿਬ ਹੈ ਹੀ ਨਹੀਂ ਜੀ, ਵਿਆਹਣ ਤੋਂ ਬਾਅਦ ਕਦੀ ਇੱਦਾਂ ਦਾ ਫੀਲ ਹੁੰਦਾ ਯਾਰ ਇੱਦਾਂ ਦਾ ਚੰਗਾ ਛੜੇ ਚੰਗੇ ਸੀਗੇ? ਨਹੀਂ, ਬਹੁਤ ਵਾਰ ਹੁੰਦਾ ਜੀ ਹਰੇਕ ਬੰਦੇ ਨੂੰ ਕਿ ਥੋੜ੍ਹਾ ਜਿਹਾ ਹੋਰ ਰੁਕ ਲੈਂਦੇ ਸ਼ਾਇਦ ਹੋਰ ਵਧੀਆ ਹੋ ਜਾਂਦਾ, ਹਰੇਕ ਬੰਦੇ ਨੂੰ ਭੁਲੇਖਾ ਰਹਿੰਦਾ ਹੁੰਦਾ ਕੁਛ ਨਹੀਂ। ਭਾਜੀ ਇਹ ਤਾਂ ਇੱਕ ਵਾਰ ਗੱਲ ਪੁੱਛ ਲਿਆ, ਤੁਸੀਂ ਵਿਆਹੇ ਬੰਦੇ ਨੂੰ ਇਹ ਗੱਲ ਪੁੱਛ ਰਹੇ ਜੇ ਵੀ ਜਿਹੜੇ ਤਾਂ ਪੁੱਛੀ ਆ ਕਿ ਜਦੋਂ ਇੰਟਰਵਿਊ ਆਵੇ ਨਾ ਭਾਬੀ ਸਕਰੀਨ ਤੇ ਦੇਖੇ ਤਾਂ ਐਟਲੀਸਟ ਮੰਡ ਬਾਈ ਨੂੰ ਫੜੇ ਉਸ ਟਾਈਮ ਦੇ ਆ ਗਏ। ਉਹ ਤਾਂ ਅਸਲ 'ਚ ਫਿਲਮਾਂ ਦੇ ਵਿੱਚ ਨਾ ਮੇਰੇ 12-13 ਵਿਆਹ ਹੋਏ ਆ, ਅੱਛਾ, ਪਰ ਮੈਨੂੰ ਲੱਗਦਾ ਮੇਰੇ ਅਸਲੀ ਵਿਆਹ ਨਾਲੋਂ ਜ਼ਿਆਦਾ ਵਧੀਆ ਹੋਏ, ਅਤੇ ਉਹਨਾਂ ਨੇ ਸਾਰੇ ਦੇਖਿਆ, ਸਾਰੇ ਦੇਖਿਆ ਉਹਨਾਂ ਨੇ, ਕੋਈ ਚੱਕਰ ਨਹੀਂ। ਅਤੇ ਨਹੀਂ ਨਹੀਂ ਉੱਦਾਂ ਛੜੇ ਵਾਲੀ ਲਾਈਫ ਮੈਂ ਭਾਜੀ ਬੈਸਟ ਬਿਆਨ ਕਰ ਸਕਦਾ ਜੀ ਜੀ ਜੀ, ਇਹ ਲਾਈਫ ਬਹੁਤ ਘੈਂਟ ਆ, ਬਹੁਤ ਨਜ਼ਾਰੇਦਾਰ ਆ, ਮਤਲਬ ਮੇਰੇ ਰੌਲੇ ਵੀ ਪੈ ਹਟੇ ਵਿਆਹ ਦੇ। ਅਤੇ ਫਿਲਮਾਂ ਦੇ ਵਿੱਚ ਜਿੱਦਾਂ ਮੰਡ ਭਾਜੀ ਨੇ ਦੱਸਿਆ ਵੀ ਮੇਰੇ ਵੀ 15-20 ਵਿਆਹ ਹੋ ਚੁੱਕੇ ਗਾਣਿਆਂ 'ਚ ਫਿਲਮਾਂ 'ਚ, ਅਤੇ ਅਸਲੀਅਤ ਜ਼ਿੰਦਗੀ ਦਾ ਐਰਕਾ ਮੈਂ ਡਿਸੀਜਨ ਲਿਆ ਸੀ, ਮੈਂ ਅਸਲੀ 'ਚ ਕਰ ਲੈਣਾ ਅਤੇ ਐਰਕਾ ਨਕਲੀ ਰੌਲਾ ਪੈ ਗਿਆ ਵੀ ਕਰਦੀ ਨੇ ਫੜ ਲਿਆ। ਮੈਂ ਦੱਸ ਦੇਣਾ ਚਾਹੁੰਦਾ ਕਿਉਂਕਿ ਜਿਹੜਾ ਪਿੱਛੇ ਤੁਹਾਡਾ ਸੀਨ ਹੋਇਆ ਸੀ ਮੰਡ ਬਾਈ, ਮੈਂ ਤੁਹਾਡਾ ਗੱਲ ਸਾਂਝੀ ਕਰਦਾ ਜੀ ਜੀ, ਕਿ ਚਲੋ ਹੁਣ ਇਹਨਾਂ ਗੱਲ ਤਾਜ਼ੀ ਮੈਨੂੰ ਪਤਾ ਲੱਗੀ ਕਿ ਪੂਰੇ ਕਰੈਕਟਰ 'ਚ ਬਿਠਾਉਣਾ ਸੀਗਾ, ਸਪੋਰਟਿੰਗ ਕਰੈਕਟਰ ਪੁੱਟੀਆਂ ਪੁੱਟੀਆਂ ਲਾ ਕੇ ਜਿੱਦਾਂ ਹੋਰ ਜ਼ਿਆਦਾ ਵਧੀਆ ਹਾਲ ਕੀਤਾ, ਵਧੀਆ ਲੱਗਣਾ ਸੀ ਤਾਂ ਵਧੀਆ ਲੱਗਣਾ ਸੀ। ਅਤੇ ਮੈਂ ਕੋਲੇ ਖੜਾ ਸੀਗਾ, ਮੈਂ ਕਿਹਾ ਦੀਦਾਰ ਬਾਈ ਮੈਨੂੰ ਉਹ ਚੀਜ਼ ਯਾਦ ਆ ਗਈ ਜਦੋਂ ਪਿਛਲੀ ਵਾਰ ਕਲੇਸ਼ ਪਿਆ ਸੀਗਾ ਨਾ ਦੀਦਾਰ ਬਾਈ 'ਤੇ, ਕਹਿੰਦੇ ਵੀ ਕੋਲਰ ਨਾਲ ਫੜ ਲਿਆ ਕੁੜੀ ਨੂੰ ਦੀਦਾਰ ਬਾਈ ਨੇ, ਹੈ ਨਾ, ਦੀਦਾਰ ਬਾਈ ਦੀ ਕੋਲਰ ਨੂੰ ਫੜ ਲਿਆ, ਅਤੇ ਕਹਿੰਦੇ ਬੜਾ ਧੱਕਾ ਹੋਇਆ। ਮੈਂ ਕਿਹਾ ਦੀਦਾਰ ਬਾਈ ਕੱਟੂ, ਅਗਰ ਇਹ ਚੀਜ਼ ਦੇਖਦੇ ਨੇ ਤਾਂ ਇਹ ਗੱਲ ਰਿਲੇਟ ਹੋਣੀ ਸੀਗੀ ਕਿ ਬਾਈ ਕੁੱਟ ਪਈ ਆ ਤਾਈ ਤਾਜੀ, ਉਹਦਾ ਹੀ ਹਾਲ ਆ ਉਹਦੇ ਨਾਲ ਰਿਲੇਟ ਹੋ ਜਾਣਾ ਸੀ ਕੰਮ ਸਾਰਾ। ਮੈਂ ਆਪਣੀ ਪਹਿਲਾਂ ਵਾਲੀ ਉਹ ਥੋੜ੍ਹਾ ਜਿਹਾ ਸਹੀ ਕਰ ਦੇਵਾਂ ਉਹਨੂੰ ਵੀ, ਕਹਿਣ ਤੋਂ ਭਾਵ ਵਿਆਹ ਜਿਹੜੇ ਹੋਏ ਆ ਵੀ ਉਹ ਥੋੜ੍ਹੇ ਹਾਈ ਫਾਈ ਹੋਏ ਆ ਮੇਰੇ ਜਿੰਨੇ ਵੀ ਹੋਏ ਆ ਫਿਲਮਾਂ ਦੇ ਵਿੱਚ, ਮੇਰੇ ਕਹਿਣ ਤੋਂ ਭਾਵ ਉਹ ਸੀ ਵੀ ਦੂਜਾ ਅਸਲੀ ਮੇਰਾ ਦੇਸੀ ਸੀ, ਨਹੀਂ ਅਸਲੀ ਤਾਂ ਮੇਰਾ ਦੂਜੇ ਸੀਗਾ ਜਿਵੇਂ ਆਮ ਘਰੇਲੂ ਵਿਆਹ ਪੇਂਡੂ ਆਪਣੇ ਵਰਗਿਆਂ ਦੇ ਹੁੰਦੇ ਆ ਨਾ, ਖਾਸ ਕਰਕੇ ਮੇਰੇ ਵਰਗਿਆਂ ਦੇ, ਅਤੇ ਬਟ ਵਧੀਆ ਸੀ ਉਹ ਵੀ ਨਜ਼ਾਰਾ, ਅਲੱਗ ਸੀ, ਨਹੀਂ ਮਹਾ ਉਹ ਚੀਜ਼ ਠੀਕ ਕਰ ਲਾ ਨਾ ਗੱਲ ਨੂੰ, ਕੋਈ ਕਹਿਣ ਆਉਂਦਾ ਵੀ ਕੀ ਕਹਿੰਦਾ ਫਿਲਮਾਂ 'ਚ ਹਾਈ ਫਾਈ ਹੋਏ ਆ ਜਦੋਂ ਕਹਿਣਾ ਭਾਅ ਜੀ, ਉਹ ਚੀਜ਼ ਕਵਰ ਕਰੀ ਕਵਰ ਕੀਤਾ ਸੀ ਭਾਬੀ ਨੇ ਕਰਦੇ, ਕਹਿੰਦੇ ਕਿਹੜੇ ਵਿਆਹ ਤੈਨੂੰ ਮੇਰੀ ਕਮੀ ਲੱਗੀ ਮੈਨੂੰ ਦੱਸ, ਨਹੀਂ ਕੁਛ ਨਹੀਂ ਕਹਿੰਦੇ ਜੀ, ਉਹਨਾਂ ਨੂੰ ਪਤਾ ਹੀ ਹੈ ਵੀ ਬੰਦਾ ਫਸਾ ਲਿਆ।
ਨਹੀਂ ਪਰ ਕਹਿਣ ਦਾ ਭਾਵ ਜੀ ਮੈਂ ਸਟਾਰਟਿੰਗ 'ਚ ਕਿਹਾ ਨਾ ਕਿ ਹਾਸੇ ਹੀ ਨੇ ਤਾਂ ਜ਼ਿੰਦਗੀ 'ਚ ਜਿੰਨੇ ਬਖੇਰੇ ਜਾਣ ਉਹਨਾਂ ਚੰਗਾ ਲੱਗਦਾ ਬਟ ਲੋਕੀ ਫਿਲਮਾਂ 'ਚ ਵਿਆਹ ਵਾਲੀ ਜ਼ਿੰਦਗੀ ਯੂਜ਼ ਕਰਦੇ ਨੇ ਬਾਈ ਆਪਣੀ ਰੀਲਾਂ 'ਚ ਵੀ ਚੱਕੀ ਫਿਰਦਾ ਕੰਮ ਦੀਦਾਰ ਬਾਈ ਪੂਰਾ ਫੀਲਿੰਗ ਪੂਰੀ ਲਈ ਹੈ ਤਾਂ ਹੀ ਉਹ ਫੀਲਿੰਗ ਲੈ ਕੇ ਹੀ ਦਿਲ ਨਹੀਂ ਕਰਦਾ ਹੁਣ ਵਿਆਹ ਕਰਾਉਣ ਨਹੀਂ ਬਸ ਰੀਲਾਂ ਵਾਲੇ ਵਿਆਹ ਵੀ ਆਪਾਂ ਗਿਣ ਲਈਏ ਫਿਲਮਾਂ ਵਾਲੇ ਗਿਣ ਲਈਏ ਤਾਂ ਮੇਰੇ ਫਿਰ ਨੀਅਰ 100+ ਸੈਂਚਰੀ ਕ੍ਰੋਸ ਹੋ ਗਈ ਵੀ ਵਿਆਹ ਅਤੇ 100 ਕੀ ਜਿਹੜੀ ਗਰਲਫ੍ਰੈਂਡ ਨਾਲ ਰਿਲੇਟ ਉਹ ਬਣਾਈਆਂ ਨੇ ਵੀਡੀਓ ਉਹ ਅਤੇ 100 ਕੁ ਵਿਆਹ ਅਤੇ ਅਸਲੀ ਜ਼ਿੰਦਗੀ 'ਚ ਕੱਖ ਵੀ ਨਹੀਂ ਅਸਲੀ ਜ਼ਿੰਦਗੀ ਮੈਂ ਛੜਾ ਛਾਣ ਅਤੇ ਸੋਲੋ ਸਿੰਗਲ ਬੰਦਾ ਹਾਂ ਅਤੇ ਲੋਕਾਂ ਸਾਹਮਣੇ 100 ਦੇ ਹਿਸਾਬ ਨਾਲ ਗਰਲਫ੍ਰੈਂਡਾਂ ਨਾਲ ਵੀਡੀਓ ਬਣ ਗਈਆਂ 100 ਦੇ ਹਿਸਾਬ ਨਾਲ ਰੀਲਾਂ 'ਚ ਵਿਆਹ ਹੋ ਗਏ ਇਹ ਨਾ ਜਿਹੜੀ ਕਹਾਣੀ ਸੁਣਦੇ ਨਾ ਆਪਾਂ ਵੀ ਰਾਜੇ ਦੀਆਂ 100 ਰਾਣੀਆਂ ਸੀ ਉਹ ਰਾਜਾ ਹੈ ਅੱਜ ਦੇ ਦੌਰ ਦਾ ਉਹ ਰਾਜਾ ਬਾਈ ਤਾਂ ਹੀ ਦੇਖੋ ਚਿਹਰੇ ਤੇ ਹਾਸਾ ਹਰ ਗੱਲ ਤੇ ਮਤਲਬ ਚਲੋ ਮਾਲਕ ਹੱਸਦਾ ਵਾਜ਼ਾ ਰੱਖੇ ਪਰ ਕਹਿੰਦੇ ਨੇ ਨਾ ਇੱਕ ਵਿਆਹ ਨਾ ਕਰਾਉਣ ਤੇ ਜਿਹੜੀ ਮੁਸਕਾਨ ਹੁੰਦੀ ਹੈ ਨਾ ਉਹ ਅੱਡੀ ਹੁੰਦੀ ਆ ਬਾਈ ਵੈਸੇ ਜਿਹੜੇ ਤੁਸੀਂ ਵਿਆਹ ਕਰਾ ਲਏ ਰੀਲਾ ਰੂਲਾ ਜਾਣਾ ਜੀ ਤੁਹਾਡਾ ਹੁਣ ਸੱਚੀ ਦਿਲ ਇਹ ਤਾਂ ਨਹੀਂ ਕਰਦਾ ਕਿ ਯਾਰ ਨਹੀਂ ਜੇ ਕਿਤੇ ਮੈਂ ਵਿਆਹ ਕਰਾ ਲਿਆ ਤਾਂ ਇਹ ਚੀਜ਼ਾਂ ਬੰਦ ਹੋਣਗੀਆਂ ਮੇਰੀ ਜਨਾਨੀ ਨੇ ਮੈਨੂੰ ਕਿਸੇ ਹੋਰ ਦੇ ਨੇੜੇ ਨਹੀਂ ਜਾਣ ਦੇਣਾ ਮੈਂ ਤਾਂ ਅੱਗੇ ਤੁਹਾਨੂੰ ਦੱਸਦੇ ਰਿਹਾ ਵੀ ਪਰ ਮੈਨੂੰ ਯਾਰ ਸਿੰਗਲ ਲਾਈਫ ਵਧੀਆ ਲੱਗਦੀ ਮਤਲਬ ਹੁਣ ਤੱਕ ਸਮਝ ਲਓ ਵੀ ਤਾਂ ਹੀ ਮੇਰੇ ਨਾਲ ਦੇ ਵਿਆਹ ਸਲਮਾਨ ਖਾਨ ਵੀ 50-52 ਸਾਲ ਦਾ ਹੋ ਗਿਆ ਪਰ ਨਜ਼ਾਰੇ ਪੂਰੇ ਲੈ ਰਿਹਾ ਸਲਮਾਨ ਖਾਨ ਉਹਨਾਂ ਨੂੰ ਫੋਲੋ ਕਰਦਾ ਜਾਂ ਹੋਰ ਜਿਹਨਾਂ ਜਿਹਨਾਂ ਨੇ ਨਹੀਂ ਕਰਵਾਇਆ ਆਪਣੀ ਇੰਡਸਟਰੀ ਤੋਂ ਕੁਛ ਪੰਜਾਬੀ ਤੋਂ ਕੁਛ ਬਾਲੀਵੁੱਡ ਤੋਂ ਨੇ ਸੋ ਮੈਨੂੰ ਸਿੰਗਲ ਲਾਈਫ ਚੰਗੀ ਲੱਗਦੀ ਹੈ ਬੇਸਿਕਲੀ ਸੋ ਤਾਂ ਕਰਕੇ ਮਤਲਬ ਮੇਰਾ ਕਦੀ ਡਰ ਕਿਉਂ ਲੱਗਦਾ ਬਾਈ ਮਤਲਬ ਕਿਹੜੀ ਚੀਜ਼ ਤੁਹਾਨੂੰ ਵਿਆਹ ਕਰਾਉਣ ਨਹੀਂ ਵਧੀਆ ਲੱਗਦੀ ਕਿਉਂਕਿ ਵਿਆਹ ਕਰਾ ਕੇ ਇਹ ਚੀਜ਼ ਹੋ ਜੂਗੀ ਜੱਟ ਨੂੰ ਚੜੇਲ ਟੱਕਰੀ ਚ ਭਾਜੀ ਦਾ ਵਿਆਹ ਹੋ ਗਿਆ ਹਨਾ ਤੇ ਸਾਡੇ ਇਹ ਵਿਖਾਇਆ ਵੀ ਪਹਿਲਾਂ ਹੀ ਹੋਏ ਸੀਗੇ ਮਤਲਬ ਸਹੀ ਉਮਰ ਇੰਨੀ ਕੀ ਆ 25 ਸਾਲ ਦੇ ਨੀਅਰ ਅੰਦਰ ਬਾਹਰ ਵਿਆਹ ਹੋ ਜਾਣਾ ਚਾਹੀਦਾ ਜਦੋਂ ਤੁਸੀਂ ਇੱਥੋਂ ਕ੍ਰੋਸ ਕਰ ਜਾਂਦੇ ਤੇ ਫਿਰ ਮੈਨੂੰ ਲੱਗਦਾ ਬੰਦਾ ਡਾਵਾਂਡੋਲ ਜਿਹਾ ਹੋ ਜਾਂਦਾ ਵੀ ਹੁਣ ਕੀ ਕਰੀਏ ਐਕਚੁਅਲੀ ਨਾ ਬਹੁਤ ਬੰਦਿਆਂ ਨੇ ਵਿਆਹ ਕਰਾਉਣੇ ਉਹਨਾਂ ਦਾ ਦਿਲ ਟੁੱਟ ਜਾਣਾ ਵੀ ਯਾਰ ਦਦਾਰ ਹੌਸਲਾ ਹਾਰ ਗਿਆ ਤੈਨੂੰ ਕਰਾ ਲੈਣਾ ਚਾਹੀਦਾ 45 ਸਾਲ ਕੋਈ ਜ਼ਿਆਦਾ ਨਹੀਂ ਹੁੰਦੀ ਹਾਂ ਤੈਨੂੰ ਦੇਖ ਕੇ ਉਹਨਾਂ ਦਾ ਹੌਸਲਾ ਟੁੱਟਦਾ ਯਾਰ ਉਹਨੇ ਕਹਿਣਾ ਦਦਾਰ ਹੱਥ ਖੜੇ ਕਰ ਗਿਆ ਅਸੀਂ ਕੀ ਕਰਾਂਗੇ 25 ਸਾਲ ਆ ਉਮਰ ਚ ਤਾਂ ਦਦਾਰ ਮੈਥੋਂ ਛੋਟਾ ਪਰ ਵਿਆਹ ਕਰਾ ਲੈਣਾ ਚਾਹੀਦਾ ਵਿਆਹ ਵਾਲੀ ਉਮਰ ਲੰਘਦੀ ਜਦੋਂ ਬੰਦੇ ਨੂੰ ਗੰਦੇ ਤਰੀਕੇ ਨਾਲ ਇੰਟਰਵਿਊ ਚ ਸ਼ਰਮਸਾਰ ਕਰ ਦਿੱਤਾ ਜਾਵੇ ਨਾ ਉਹਨੂੰ ਇੰਟਰਵਿਊ ਤੋਂ ਮਤਲਬ ਕਿ ਬਾਅਦ ਸੋਚ ਲੈਣਾ ਚਾਹੀਦਾ ਵਿਆਹ ਦਾ ਸੋਚ ਲੈਣਾ ਚਾਹੀਦਾ ਨਾ ਮੈਂ ਨਹੀਂ ਭਾਜੀ ਅਜੇ ਕੁਛ ਅਜੇ ਕੋਈ ਚੱਲਦੇ ਇੰਟਰਵਿਊ ਵਿੱਚ ਵੀ ਨਾ ਆਪਣੀ ਚੀਜ਼ ਰੱਖਣੀ ਚਾਹੀਦੀ ਅਜੇ ਕੋਈ ਚਨੇਲ ਟੱਕਰੀ ਨਹੀਂ ਘਰਦਿਆਂ ਨੇ ਕਿੰਨਾ ਹੁਣ ਤੱਕ ਸ਼ਰਮਸਾਰ ਕੀਤਾ ਹੋਊਗਾ ਜਾਂ ਰਿਸ਼ਤੇਦਾਰ ਭੈਣ ਭਰਾਵਾਂ ਨੇ ਤੁਸੀਂ ਆਪੇ ਇੱਕ ਆਈਡੀਆ ਲਾਓ ਸੋ ਤਾਂ ਕਰਕੇ ਮੈਂ ਢੀਠ ਹੋ ਚੁੱਕਾ ਹਾਂ ਸ਼ੁਰੂਆਤ ਮੈਂ ਦੂਜੇ ਪੱਖ ਤੋਂ ਕਰਨੀ ਚਾਹੁੰਗਾ ਕਿ ਤੁਸੀਂ ਵੀ ਦੀਦਾਰ ਬਾਈ ਇੱਥੇ ਆਪਣੀ ਜ਼ਰੂਰ ਤੁਸੀਂ ਇੱਕ ਵਾਰ ਭਾਵਨਾ ਤੁਸੀਂ ਦੱਸਿਓ ਵੀ ਤੁਸੀਂ ਕੀ ਚੀਜ਼ ਫੀਲ ਕਰਦੇ ਹੋ ਕਿਉਂਕਿ ਮੇਰੇ ਨਾਲ ਪੂਰਾ ਪੰਜਾਬ ਕਿਤੇ ਨਾ ਕਿਤੇ ਚੀਜ਼ ਫੀਲ ਕਰਦਾ ਨਾਲੇ ਤੁਸੀਂ ਵੀ ਕਰਦੇ ਹੋਵੋਗੇ ਬਟ ਮੈਂ ਚਾਹੂੰਗਾ ਦਿਲ ਦੀ ਗੱਲ ਸਾਹਮਣੇ ਮੂਹਰੇ ਰੱਖਿਓ ਮਨ ਬਾਈ ਤੁਹਾਨੂੰ ਕਦੀ ਜ਼ਿੰਦਗੀ 'ਚ ਇਹ ਚੀਜ਼ ਲੱਗੀ ਹੈ ਕਿ ਮੈਨੂੰ ਉੱਦਾਂ ਦੀ ਚੀਜ਼ ਉੱਦਾਂ ਦੀ ਬ੍ਰੇਕ ਜਾਂ ਉੱਦਾਂ ਦਾ ਯੂ ਨੋ ਜਿੱਦਾਂ ਦਾ ਮੈਂ ਚੀਜ਼ ਚਾਹੁੰਦਾ ਹਾਂ ਕਰਨੀ ਜਿੱਦਾਂ ਦਾ ਮੈਂ ਪ੍ਰੈਜੈਂਟ ਹੋਣਾ ਚਾਹੁੰਦਾ ਸੀ ਜਾਂ ਹੋਣਾ ਚਾਹੁੰਦਾ ਹਾਂ ਉਹ ਚੀਜ਼ ਕਿਤੇ ਨਾ ਕਿਤੇ ਮੇਰੀ ਜ਼ਿੰਦਗੀ 'ਚ ਥੋੜ੍ਹੀ ਜਿਹੀ ਘੱਟ ਰਹੀ ਹੈ
ਰੀਜ਼ਨ ਮੈਂ ਜਾਣਨਾ ਚਾਹੂੰਗਾ ਕਿ ਤੁਹਾਨੂੰ ਕੀ ਲੱਗਦਾ ਤੁਹਾਡੀ ਇਸ ਚੀਜ਼ ਬਾਰੇ, ਕਿਉਂਕਿ ਸਾਨੂੰ ਇਹ ਚੀਜ਼ ਦੀ ਕਮੀ ਲੱਗਦੀ ਹੈ ਵੀ ਕਲਾਕਾਰ ਇੰਨਾ ਚੰਗਾ ਕਲਾਕਾਰ ਆ ਵੀ ਇੰਨਾ ਸੋਹਣਾ ਕੰਮ ਕਰਦਾ ਆ। ਮੇਰੇ ਖਿਆਲ ਤੋਂ ਕਿੰਨੇ ਲੋਕ ਤਾਂ ਛੋਟੇ ਹੁੰਦੇ ਨੂੰ ਦੇਖ ਦੇਖ ਕੇ ਵੱਡੇ ਹੋਏ ਨੇ ਤੁਹਾਡੀ ਕਲਾਕਾਰੀ ਨੂੰ, ਹੈਨਾ। ਤੇ ਬਸ ਮੈਂ ਮੜਿਆ ਮੈਨੂੰ ਗੱਲ ਦੱਸੋ ਵੀ ਬੜਾ ਵੱਡਾ ਨਹੀਂ ਬਣਾਤਾ ਤੁਸੀਂ, ਮੈਨੂੰ ਐਂ ਲੱਗਣ ਲੱਗ ਗਿਆ ਵੀ ਮੇਹਰ ਮਿੱਤਲ ਸਾਹਿਬ ਵੀ ਮੈਥੋਂ ਛੋਟੇ ਸੀ। ਸੰਘਰਸ਼ ਕਰੀ ਜਾਂਦੇ ਆ, ਮੈਂ ਉਹਨਾਂ ਨੂੰ ਦੇਖ ਕੇ ਫਿਰ ਹੌਸਲੇ ਚ ਆ ਜਾਂਦਾ ਵੀ ਯਾਰ ਮੈਂ ਤਾਂ ਕਿਤੇ ਨਾ ਕਿਤੇ ਚਲੋ ਆ ਕੇ ਖੜ ਗਿਆ। ਉਹ ਵਿਚਾਰੇ ਹਾਲੇ ਵੀ ਸੰਘਰਸ਼ ਕਰਦੇ ਆ, ਸਾਡੇ ਹੋਰ ਵੀ ਸੀਨੀਅਰ ਕਾਫੀ ਕਲਾਕਾਰ ਨੇ ਇੰਡਸਟਰੀ ਚ, ਤੁਸੀਂ ਬਹੁਤਿਆਂ ਨੂੰ ਜਾਣਦੇ ਹੋ ਨਾ, ਅਜੇ ਵੀ ਉਸੇ ਤਰ੍ਹਾਂ ਚੱਲ ਰਿਹਾ ਜਿਵੇਂ ਸ਼ੁਰੂਆਤੀ ਦੌਰ ਸੀਗਾ, ਹੈ ਨਾ। ਸੋ ਉਹ ਚੀਜ਼ਾਂ ਦੇਖ ਕੇ ਫਿਰ ਮੈਂ ਆਪਣੇ ਆਪ ਨੂੰ ਡੋਲਣ ਨਹੀਂ ਦਿੰਦਾ ਵੀ ਕੋਈ ਗੱਲ ਨਹੀਂ ਤੂੰ ਕਿਤੇ ਨਾ ਕਿਤੇ ਹੈਗਾ, ਕਿਤੇ ਨਾ ਕਿਤੇ ਖੜ ਗਿਆ, ਹੈ ਨਾ। ਮਤਲਬ ਕਿ ਇਹ ਤੁਹਾਡਾ ਕਾਰਨ ਸਹੀ ਆ, ਬਟ ਤੁਹਾਨੂੰ ਕਦੀ ਇਸ ਚੀਜ਼ ਦਾ ਹੋਰ ਲੱਗਦਾ ਵੀ ਚਲੋ ਨਹੀਂ ਹੋਰ ਤਾਂ ਕਾਰਨ ਇਹ ਕਹਿ ਸਕਦਾ ਮੈਂ ਵੀ ਕਈ ਬੰਦੇ ਤਾਂ ਇਕੱਲੇ ਵੀ ਕਈ ਬੰਦਿਆਂ ਨੂੰ ਦੁਕਾਨ ਬਣਾਉਣੀ ਆਉਂਦੀ ਹੁੰਦੀ ਆ, ਖੋਲ੍ਹਣੀ ਆਉਂਦੀ ਹੁੰਦੀ ਆ, ਕਈਆਂ ਨੂੰ ਸੌਦਾ ਵੇਚਣ ਆਉਂਦਾ ਹੁੰਦਾ। ਮੈਨੂੰ ਲੱਗਦਾ ਮੈਨੂੰ ਦੁਕਾਨ ਬਣਾਉਣੀ ਆ ਗਈ, ਖੋਲ੍ਹਣੀ ਆ ਗਈ, ਬਟ ਮੈਨੂੰ ਸੌਦਾ ਵੇਚਣਾ ਨਹੀਂ ਹੈ, ਹੈ ਨਾ। ਉਹ ਚੀਜ਼ ਮੇਰੇ ਅੰਦਰ ਨਹੀਂ ਵੀ, ਕਈ ਕਲਾਕਾਰ ਇਕੱਲੇ ਕਲਾਕਾਰ ਨਹੀਂ ਹੁੰਦੇ, ਉਹਨਾਂ ਦੇ ਅੰਦਰ ਉਹ ਬਿਜ਼ਨਸ ਵਾਲਾ ਪੱਖ ਵੀ ਬਰਾਬਰ ਹੁੰਦਾ, ਹੈ ਨਾ। ਅਤੇ ਉਹ ਪੱਖ ਮੇਰੇ 'ਚ ਹੈ ਨਹੀਂ ਬਿਜ਼ਨਸ ਵਾਲਾ, ਜਾਂ ਕਹਿ ਸਕਦੇ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰਨਾ ਸੋਸ਼ਲ ਮੀਡੀਆ 'ਤੇ ਵੀ ਮੈਂ ਬਹੁਤ ਘੱਟ ਹਾਂ, ਹੈ ਨਾ। ਅੰਦਰੋਂ ਹੁੰਦੀ ਹੈ ਭਾਵਨਾ ਜੀ, ਉਹ ਮੇਰੇ 'ਚ ਉਧਰਲੇ ਪਾਸੇ ਨੂੰ ਜ਼ਿਆਦਾ ਹੈ ਨਹੀਂ, ਉੱਦਾਂ ਦਾ ਕਰੇਜ ਆ। ਉਹ ਮੇਰੀਆਂ ਹੀ ਗਲਤੀਆਂ ਮੈਂ ਕਹਿ ਸਕਦਾ, ਕਿਸੇ ਦਾ ਇਹਦੇ 'ਚ ਕੋਈ ਕਸੂਰ ਨਹੀਂ, ਹੈ ਨਾ। ਅਤੇ ਕੁਛ ਹਾਲਾਤ ਹੁੰਦੇ ਆ, ਬੰਦਾ ਕੁਛ ਨਾ ਕੁਛ ਸੋਚ ਲੈਂਦਾ ਵੀ ਹੁਣ ਇਸ ਵਾਰੀ ਆਹ ਕਰਾਂਗੇ, ਕੋਈ ਨਾ ਕੋਈ ਹਾਦਸਾ ਹੋ ਜਾਂਦਾ, ਕੋਈ ਨਾ ਕੋਈ ਘਟਨਾ ਵਾਪਰ ਜਾਂਦੀ, ਫਿਰ ਅਗਲੇ ਦਾ ਮਨ ਜਾਂ ਟੁੱਟ ਜਾਂਦਾ ਵੀ ਛੱਡ ਯਾਰ ਕਿਤੇ ਅੱਗੇ ਦੇਖਾਂਗੇ। ਉਸ ਕਰਕੇ ਮੈਂ ਕਾਫੀ ਲੇਟ ਹੋਇਆ ਇੱਦਾਂ ਦੀਆਂ ਗੱਲਾਂ ਕਰਕੇ ਨਾ, ਕਿਉਂਕਿ ਭਾਵੇਂ ਦਿਲਜੀਤ ਬਾਈ ਹੋ ਜਾਣ ਜਾਂ ਗਿੱਪੀ ਬਾਈ ਹੋ ਜਾਣ, ਸਾਰੇ ਲੋਕ ਤੁਹਾਡਾ ਬੜਾ ਵਧੀਆ ਰਿਗਾਰਡ ਕਰਦੇ। ਹਾਂਜੀ ਹਾਂਜੀ, ਸਾਰੇ ਭਰਾਵਾਂ ਨਾਲ ਕੰਮ ਕੀਤਾ ਮੈਂ ਸਾਰਿਆਂ ਨਾਲ। ਹਾਂਜੀ, ਜਿੱਦਾਂ ਦੀ ਐਕਚੁਅਲ ਸਾਨੂੰ ਇੰਡਸਟਰੀ ਨੂੰ ਲੋੜ ਆ ਤੁਹਾਡੇ ਵਰਗੇ ਕਲਾਕਾਰ ਦੀ, ਉਦਾਂ ਦੇ ਤੁਸੀਂ ਜਿਹਨੂੰ ਕੰਮ ਕੀਤਾ ਆ ਤੇ ਕੰਮ ਕਰ ਵੀ ਰਹੇ ਹੋ ਆਪਣੀ ਕਲਾਕਾਰੀ ਨਾਲ, ਭਾਵੇਂ ਉਹ ਹਾਸਿਆਂ ਪੱਖੋਂ ਹੋਵੇ, ਭਾਵੇਂ ਉਹ ਕਿਸੇ ਦੇ ਚਿਹਰੇ ਤੇ ਕੋਈ ਅਲੱਗ ਐਕਸਪ੍ਰੈਸ਼ਨ ਲਿਆਉਣਾ ਹੋਵੇ, ਬਟ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ ਦਿਲ 'ਚ ਫੀਲ ਹੁੰਦੀ ਸੀ ਕਿ ਸ਼ਾਇਦ ਮੈਂ ਉਦਾਂ ਦਾ ਕਨੈਕਟ ਕਰ ਪਾਇਆ ਆ, ਕਿਉਂਕਿ ਬੜੇ ਟਾਈਮ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਆ, ਮਿਲਦੇ ਵੀ ਰਹੇ। ਹਾਂ ਸਹੀ ਹੈ, ਸੰਘਰਸ਼ ਕਾਫੀ ਲੰਬਾ ਪਰ ਇੰਨਾ ਪੁਰਾਣਾ ਨਹੀਂ, ਕਿਉਂਕਿ ਕਰਮਜੀਤ ਬਾਈ, ਅਨਮੋਲ ਸਾਹਿਬ, ਜਗਤਾਰ ਜੱਗੀ ਭਾਜੀ, ਬੀਨੂ ਢਿੱਲੋਂ ਬਾਈ, ਉਹਨੀ ਉਹ ਤਾਂ ਮੈਨੂੰ ਇਸ ਲਾਈਨ 'ਚ ਲੈ ਕੇ ਆਏ ਆ, ਸੋ ਉਹਨਾਂ ਤੋਂ ਪੁਰਾਣਾ ਤਾਂ ਨਹੀਂ ਮੈਂ ਹੈਗਾ ਕਿਤੇ ਕਿਤੇ ਨਾ ਕਿਤੇ। ਹਾਂ, ਤੇ ਮੈਂ ਉਹਨਾਂ ਦੇ ਨਾਲ ਰਿਹਾ, ਅਸੀਂ ਇਹ ਚਾਹੁੰਦੇ ਹਾਂ ਕਿ ਨਹੀਂ। ਸਹੀ ਹੈ, ਤੁਹਾਡਾ ਕੁਐਸਚਨ ਸਹੀ ਸੀ ਤੇ ਸ਼ਾਇਦ ਮੈਂ ਜਵਾਬ ਉਹਨਾਂ ਵਧੀਆ ਨਹੀਂ ਦੇ ਪਾਇਆ, ਪਰ ਇਹ ਹੈਗਾ ਵੀ ਕਾਫੀ ਜਿੰਨਾ ਸੰਘਰਸ਼ ਕਰਿਆ ਉਨਾ ਕੁਛ ਨਹੀਂ ਪ੍ਰਾਪਤ ਹੋਇਆ, ਹੈ ਨਾ। ਪਰ ਫਿਰ ਉਹ ਦੂਜੇ ਪਾਸੇ ਪਿੱਛੇ ਨੂੰ ਦੇਖ ਲਈਦਾ ਵੀ ਸਾਥੋਂ ਵੀ ਸੀਨੀਅਰ ਬੰਦੇ, ਉਹਨਾਂ ਨੇ ਸ਼ਾਇਦ ਸਾਡੇ ਤੋਂ ਵੀ ਵੱਧ ਸੰਘਰਸ਼ ਕੀਤਾ ਹੋਵੇ, ਹੈ ਨਾ। ਸਾਡੇ ਟਾਈਮ 'ਚ ਚਲੋ ਆ ਜਾਂਦੇ ਸੀ, ਕਿਰਾਏ ਕਰੂਏ ਭਾੜੇ ਮਿਲਦੇ ਸੀ ਪਿੰਡਾਂ 'ਚੋਂ, ਕਿਸੇ ਨਾ ਕਿਸੇ ਸਾਧਨ ਨਾਲ ਆ ਜਾਂਦੇ ਸੀ, ਜਿਹੜੇ ਬਹੁਤ ਬਹੁਤ ਦੂਰੋਂ ਵਿਚਾਰੇ ਚੰਡੀਗੜ੍ਹ ਤੱਕ ਵੀ ਪਹੁੰਚਦੇ ਸੀ ਸੰਘਰਸ਼ ਕਰਨ ਵਾਸਤੇ, ਉਹਨਾਂ ਦਾ ਮਾਹੌਲ ਤਾਂ ਫਿਰ ਕਈਆਂ ਦਾ ਮੈਥੋਂ ਵੀ ਜ਼ਿਆਦਾ ਔਖਾ ਸੀ। ਇੰਸਪਾਇਰ ਕਿਹੜੀ ਚੀਜ਼ ਤੁਹਾਨੂੰ ਕਰਦੀ ਹੈ, ਕਿਉਂਕਿ ਜਦੋਂ ਜ਼ਿੰਦਗੀ 'ਚ ਕੋਈ ਵੀ ਕਲਾਕਾਰ ਹੋਵੇ, ਭਾਵੇਂ ਉਹ ਵੱਡੀਆਂ ਵੱਡੇ ਮੁਕਾਮ 'ਤੇ ਹੋਵੇ ਜਾਂ ਛੋਟੇ ਮੁਕਾਮ 'ਤੇ ਹੋਵੇ, ਦੋਨਾਂ ਨੂੰ ਸਵਾਲ ਆ ਇਹ, ਕਿਉਂਕਿ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਤੋਂ ਸਿੱਖਦਾ, ਤੁਰਦਾ, ਤਾਂ ਕਿ ਜ਼ਿੰਦਗੀ 'ਚ ਜੇ ਸਾਡੇ ਕੋਲ ਦੋ ਪੈਸੇ ਜ਼ਿਆਦਾ ਵੀ ਨੇ, ਦੋ ਪੈਸੇ ਘੱਟ ਵੀ ਨੇ, ਤਾਂ ਅਸੀਂ ਉਸ ਦਾਇਰੇ ਵਿੱਚ ਰਹੀਏ, ਅਸੀਂ ਆਪਣਾ ਜਿਹੜਾ ਰੁਤਬਾ ਹੈਗਾ, ਜਿਹੜੀ ਆਪਣੀ ਨੀਅਤ ਹੈਗੀ, ਉਹਨੂੰ ਸਾਫ਼ ਰੱਖੀਏ, ਤਾਂ ਉਹ ਅਸੀਂ ਜ਼ਰੂਰ ਕਿਸੇ ਨਾ ਕਿਸੇ ਤੋਂ ਸਿੱਖਦੇ ਹਾਂ ਜਾਂ ਦੇਖਦੇ ਹਾਂ ਵੀ ਐਟਲੀਸਟ ਦੁਨੀਆ 'ਚ ਲੋਕ ਇੱਦਾਂ ਦੇ ਹੈਗੇ ਨੇ ਵੀ ਜਿਹੜੇ ਕਿ ਬਹੁਤ ਜ਼ਿਆਦਾ ਚੰਗੇ ਨੇ, ਬਹੁਤ ਕੁਛ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਆਪ ਨੂੰ ਸਟੇਬਲ ਰੱਖਿਆ ਹੋਇਆ। ਤੁਸੀਂ ਕਿਹਦੇ ਤੋਂ ਜ਼ਿਆਦਾਤਰ ਇੰਸਪਾਇਰ ਹੁੰਦੇ ਹੋ, ਜਾਂ ਤੁਹਾਨੂੰ ਕਿਹੜੀ ਚੀਜ਼ ਇੱਦਾਂ, ਇੱਕ ਕਹਿੰਦੇ ਨੇ ਨਿਮਰਤਾ
ਦੇ ਕੇ ਰੱਖਦੀ ਹੈ ਕਿ ਬਈ ਨੀਵੇਂ ਹੋ ਕੇ ਰਹੀਏ, ਕਿਉਂਕਿ ਜਦੋਂ ਵੀ ਮਿਲਦਾ ਤੁਹਾਨੂੰ ਦੋਨਾਂ ਨੂੰ ਲਾਈਕ ਲੋਕ ਵੀ ਇਹ ਕਹਿੰਦੇ ਨੇ ਵੀ ਚਲੋ ਇੱਕ ਚੰਗਾ ਮਹਿਸੂਸ ਹੁੰਦਾ ਹੈ, ਚੰਗੀ ਵਾਈਬ ਹੁੰਦੀ ਹੈ, ਚੰਗਾ ਤੁਸੀਂ ਮਿਲਦੇ ਜੁਲਦੇ ਹੋ। ਇੱਕ ਨਾ ਇੱਕ ਗੱਲ ਹੈ ਵੀ ਕਿਸੇ ਨੇ ਬੜੀ ਵਧੀਆ ਗੱਲ ਕਿਸੇ ਦੀ ਵੀ ਅਗਰ ਤੁਹਾਨੂੰ ਲੱਗੇ ਵੀ ਮੇਰੇ ਜਿੰਨੇ ਦੁੱਖ ਕਿਸੇ ਕੋਲ ਨਹੀਂ ਹੈਗੇ ਵੀ ਟਾਈਮ 'ਚੋਂ ਟਾਈਮ ਕੱਢ ਕੇ ਪੀ ਜੀ ਆਈ ਗੇੜਾ ਮਾਰ ਕੇ ਆਇਆ ਕਰੋ ਨਾ। ਮੈਂ ਪ੍ਰਭ ਆਸਰਾ ਸੰਸਥਾ ਦੇ ਨਾਲ ਜੁੜਿਆ ਮੈਂ ਨਾਥ ਆਸ਼ਰਮ ਨਾਲ, ਅਤੇ ਉਹ ਭਾਈ ਸਾਹਿਬ ਸ਼ਮਸ਼ੇਰ ਸਿੰਘ ਜੀ ਜਿਵੇਂ ਆਪਣਿਆਂ ਦੀ ਤਾਂ ਚਲੋ ਹਰੇਕ ਬੰਦਾ ਕਰ ਲੈਂਦਾ, ਅੱਜ ਕੱਲ੍ਹ ਤਾਂ ਆਪਣਿਆਂ ਨੂੰ ਨਹੀਂ ਪੁੱਛਦੇ, ਉਹ ਜਿਵੇਂ ਵਿਗਾਨਿਆਂ ਨੂੰ ਸਾਂਭ ਸਾਂਭ ਕੇ ਰੱਖਦੇ ਆਪਣੇ ਬੱਚਿਆਂ ਵਾਂਗ ਆਪਣੇ ਪਰਿਵਾਰਕ ਮੈਂਬਰਾਂ ਵਾਂਗ, ਉੱਦਾਂ ਦੇ ਬੰਦੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ, ਉਹਨਾਂ ਤੋਂ ਬਹੁਤ ਜ਼ਿਆਦਾ ਇੰਸਪਾਇਰ ਹੁੰਦਾ ਮੈਂ ਇੱਦਾਂ ਦੇ ਲੋਕਾਂ ਤੋਂ। ਜਾਂ ਸਰਬੱਤ ਦਾ ਭਲਾ ਮੰਗਣ ਵਾਲੇ, ਕੋਈ ਕਿਸੇ ਦਾ ਹੱਕ ਨਹੀਂ ਮਾਰਦੇ, ਕੰਮ ਕਰਾ ਕੇ ਕਲਾਕਾਰੀ ਲਾਈਨ ਦੇ ਵਿੱਚ ਵੀ ਸੀਨੀਅਰ ਆਰਟਿਸਟ ਨੇ ਇੱਕ ਦੂਜੇ ਨੂੰ ਪ੍ਰਮੋਟ ਕਰਦੇ ਆ, ਆਸ਼ੀਰਵਾਦ ਦਿੰਦੇ ਆ, ਹੈ ਨਾ, ਚਾਹੁੰਦੇ ਦਿਲੋਂ ਚਾਹੁੰਦੇ ਆ ਵੀ ਇਹ ਬੰਦਾ ਵੀ ਯਾਰ ਸਾਡੇ ਬਰਾਬਰ ਦਾ, ਸਾਡੇ ਹਾਣ ਦਾ ਹੋ ਕੇ ਨਿਤਰੇ, ਹੈ ਨਾ। ਉੱਦਾਂ ਦੇ ਲੋਕਾਂ ਤੋਂ ਕੋਈ ਸਪੈਸ਼ਲ ਨਹੀਂ, ਪਰ ਇੱਦਾਂ ਦੇ ਬੰਦੇ ਕਾਫੀ ਜ਼ਿਆਦਾ ਹੈਗੇ ਆ ਜਿਹਨਾਂ ਤੋਂ ਮੈਂ ਪ੍ਰਭਾਵਿਤ ਹਾਂ ਜ਼ਿੰਦਗੀ 'ਚ। ਮੈਂ ਤਾਂ ਵੀਰੇ ਹਰੇਕ ਤੋਂ ਹੀ ਪ੍ਰਭਾਵਿਤ ਹਾਂ, ਲਾਈਕ ਮਤਲਬ ਜਿਹੜੇ ਮੈਂ ਸਮਝਦਾ ਵੀ ਜਿਹੜੇ ਬੰਦੇ ਸਕਸੈਸ ਆ ਨਾ ਜਾਂ ਕੋਈ ਚੰਗੇ ਕੰਮ ਕਰਦੇ ਆ, ਮੈਂ ਪ੍ਰਭਾਵਿਤ ਹੀ ਹਾਂ ਸਾਰਿਆਂ ਤੋਂ ਹੀ। ਲਾਈਕ ਵੀ ਜਿਹੜਾ ਵੀ ਕਿਸੇ ਮੁਕਾਮ 'ਤੇ ਪਹੁੰਚਿਆ ਨਾ ਬੰਦਾ, ਉਹ 'ਚ ਕੁਛ ਚੰਗਿਆਈਆਂ ਹੈਗੀਆਂ ਨੇ, ਵੈਰੀ ਗੁੱਡ, ਸਾਡੇ 'ਚ ਕੁਛ ਖਾਮੀਆਂ ਸੀਗੀਆਂ ਅਸੀਂ ਤਾਂ ਪਿੱਛੇ ਹਾਂ। ਇਹ ਵੀਰੇ ਹੋਣਾਂ ਨੇ ਵੀ ਗੱਲ ਹੁਣੇ ਕੀਤੀ, ਬਹੁਤ ਸੋਹਣੀ ਗੱਲ ਸੀਗੀ। ਸਾਨੂੰ ਆਪਣੀਆਂ ਖਾਮੀਆਂ ਮੈਨੂੰ ਲੱਗਦੀਆਂ ਲੱਭਣੀਆਂ ਚਾਹੀਦੀਆਂ, ਅਸੀਂ ਹੋਰ ਹੀ ਮੁੱਦਿਆਂ 'ਚ ਉਲਝੇ ਰਹਿੰਦੇ ਹਾਂ। ਤੁਸੀਂ ਰੋਜ਼ ਸੋਸ਼ਲ ਮੀਡੀਆ ਵਹਿੰਦੇ ਜੇ ਕਿਸੇ 'ਤੇ ਪਰਚਾ ਕਰਵਾ ਤਾ ਜੀ, ਇੱਥੇ ਧੱਕੇ ਨਾ ਇਹਨੂੰ ਦੱਸ ਦਿਆਂਗੇ ਅਸੀਂ ਕਿੱਦਾਂ ਦੇ ਹਾਂ, ਸਾਡੀ ਪਾਵਰ ਕਿੱਦਾਂ ਦੀ ਆ। ਇਹ ਮੁੱਦੇ ਨਹੀਂ ਹੈਗੇ ਪੰਜਾਬ ਦੇ, ਜਿਹੜੇ ਮੁੱਦੇ ਅਸੀਂ ਰੋਜ਼ ਵੇਖ ਰਹੇ ਹਾਂ ਇਹ ਮੁੱਦੇ ਨਹੀਂ ਹੈਗੇ। ਜਿਹੜਾ ਕੋਈ ਮੁੱਦਾ ਹੈਗਾ ਉੱਤੇ ਤਾਂ ਕੋਈ ਬੋਲਦਾ ਨਹੀਂ, ਅਤੇ ਜਿਹੜੇ ਨਹੀਂ ਹੈਗੇ ਉਹਨਾਂ ਨੂੰ ਆਪਾਂ ਮੁੱਦੇ ਬਣਾ ਲਿਆ। ਸੋ ਤਾਂ ਕਰਕੇ ਬਾਕੀ ਮੈਂ ਤਾਂ ਗੁਰੂ ਸਾਹਿਬ ਦਾ ਆਲਵੇਜ਼ ਧੰਨਵਾਦ ਕਰਦਾ। ਜਦੋਂ ਮੈਂ 12-13 ਸਾਲ ਘਰ ਬੈਠਾ ਸੀਗਾ, ਆਪਣਾ ਸਟਰਗਲ ਕਰ ਰਹੇ ਸੀਗੇ, 1000-1000 ਰੁਪਈਆ ਮੰਗ ਕੇ ਵੀ ਗੱਡੀਆਂ 'ਚ ਤੇਲ ਪਵਾ ਰਹੇ ਸੀਗੇ, ਸੋ ਉੱਧਰ ਵੀ ਪਰਮਾਤਮਾ ਦਾ ਧੰਨਵਾਦ ਕਰਦੇ ਸੀਗੇ। ਜਿੱਦਾਂ ਇਹਨਾਂ ਨੇ ਮੰਡ ਸਾਹਿਬ ਨੇ ਗੱਲ ਕੀਤੀ ਵੀ ਸਾਡੇ ਤੋਂ ਜਦੋਂ ਅਸੀਂ ਸੜਕ ਤੋਂ ਕਰੋਸ ਕਰਦੇ ਹਾਂ ਜਾਂ ਕਈ ਵਾਰ ਹਾਲਾਤ ਵਹਿੰਦੇ ਹਾਂ ਕਿਤੇ ਦੇ ਨਾ, ਉਦੋਂ ਪਰਮਾਤਮਾ ਦਾ ਧੰਨਵਾਦ ਕਰਨ ਨੂੰ ਦਿਲ ਕਰਦਾ ਵੀ ਸਾਨੂੰ ਸਰੀਰਕ ਤੰਦਰੁਸਤੀ ਬਖਸ਼ੀ ਹੈ ਦਾਤੇ ਨੇ। ਸੋ ਸਾਡਾ ਧੰਨਵਾਦ ਕਰਨਾ ਬਣਦਾ ਵੀ ਅਸੀਂ ਬਹੁਤਿਆਂ ਨੂੰ ਚੰਗੇ ਹਾਂ, ਅਤੇ ਜਦੋਂ ਕੁ ਜੇ ਤੁਹਾਡਾ ਸਮਾਂ ਆਉਣਾ ਆ, ਜਦੋਂ ਵਾਰੀ ਆਉਣੀ ਉਦੋਂ ਹੀ ਆਉਣੀ ਆ, ਪਹਿਲਾਂ ਉਛਲ ਦਾ ਕੋਈ ਜ਼ਿਆਦਾ ਫਾਇਦਾ ਹੈ ਨਹੀਂ। ਅਤੇ ਕਿਸੇ ਨੂੰ ਐਵੇਂ ਭਲਾ ਬੁਰਾ ਕਹਿਣਾ ਜਾਂ ਉਹ ਗੱਲ ਵੀ ਉਹ ਤੁਹਾਡਾ ਮਤਲਬ ਗਲਤ ਰਵਾਂ 'ਤੇ ਤੁਰ ਪੈਣਾ, ਇਹ ਕੋਈ ਸਹੀ ਗੱਲ ਨਹੀਂ ਹੈਗੀ। ਸੋ ਜਦੋਂ ਕੁ ਜੇ ਵਾਰੀ ਆਉਣੀ ਆ, ਉਹ ਕੁਦਰਤ ਹੈਗੀ ਆ ਦੁਨੀਆਂ 'ਤੇ, ਜਿਹੜਾ ਬ੍ਰਹਿਮੰਡ ਆ ਨਾ ਇਹ ਪਰਮਾਤਮਾ ਨੇ ਬਣਿਆ, ਇਹਦੇ ਵਿੱਚ ਜੋ ਤੁਸੀਂ ਆਵਾਜ਼ ਦਿੰਦੇ ਜੀ ਉਹ ਹੀ ਤੁਹਾਨੂੰ ਵਾਪਸ ਮਿਲਦੀ ਆ। ਬਸ ਲੋਕਾਂ ਬਾਰੇ ਚੰਗਾ ਸੋਚੋਗੇ ਅਤੇ ਤੁਹਾਡਾ ਕੁਦਰਤ ਨੇ ਆਪੇ ਹੀ ਚੰਗਾ ਕਰ ਦੇਣਾ। ਅਤੇ ਜੇ ਤੁਹਾਡੇ ਦਿਲ ਦਿਮਾਗ 'ਚ ਕਿਤੇ ਨਾ ਕਿਤੇ ਕਿਸੇ ਪ੍ਰਤੀ ਸਾਹਮਣੇ ਪ੍ਰਤੀ ਨੈਗੇਟਿਵਿਟੀ ਚੱਲਦੀ ਆ, ਅਤੇ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਤੁਹਾਡੀ ਆਪੇ ਹੀ ਹੋਈ ਜਾਣੀ ਹੈ। ਕੁਦਰਤ ਉਹੀ ਕੁਛ ਮੋੜ ਦਿੰਦੀ ਹੈ, ਉਹ ਹੀ ਕੁਛ ਮੋੜਨਾ ਨੇ ਜੋ ਤੁਸੀਂ ਉਹਨੂੰ ਦੇ ਰਹੇ ਜੇ, ਕਾਇਨਾਤ ਨੂੰ, ਬ੍ਰਹਿਮੰਡ ਨੂੰ ਜੋ ਦੇ ਰਹੇ ਜੇ ਉਹ ਹੀ ਤੁਹਾਨੂੰ ਵਾਪਸ ਮਿਲਣਾ। ਇਮਾਨਦਾਰੀ ਜੀ ਨਾਲ ਮਿਹਨਤ ਕਰਦੇ ਰਹੋ, ਅਤੇ ਸਿਆਣੀਆਂ ਗੱਲਾਂ ਬਹੁਤ ਹੋ ਗਈਆਂ, ਹੁਣ ਕੋਈ ਹੋਰ ਗੱਲ ਕਰੀ ਨਹੀਂ, ਬਟ ਜ਼ਿਆਦਾ ਦੇਰ ਸੀਰੀਅਸ ਜੋ ਸੱਚੀ ਮੈਂ ਫਿਲਮ ਦੀ ਫਿਲਮ ਕਾਮੇਡੀ ਆ, ਬਟ ਮੈਨੂੰ ਇੱਦਾਂ ਲੱਗਦਾ ਕਿ ਕਲਾਕਾਰ ਦੀ ਜ਼ਿੰਦਗੀ ਬਾਰੇ ਵੀ ਜ਼ਰੂਰ ਨਹੀਂ ਅੱਛੀ ਗੱਲ ਹੈ ਗੱਦੀ ਅੱਛੀ ਗੱਲ ਹੋਣੀ ਚਾਹੀਦੀ ਨੇ, ਬਟ ਮੇਰਾ ਅਗਲਾ ਸਵਾਲ ਵੀ ਮੈਨੂੰ ਇਹ ਹੈ ਨਾ, ਮੈਂ ਕਿਤੇ ਦਰਦਾਰ ਰੋਣ ਨਾ ਨਾ ਲੱਗੇ, ਇਮੋਸ਼ਨਲ ਬੰਦਾ ਮੈਂ, ਸੱਚੀ ਇਮੋਸ਼ਨਲ ਭਾਜੀ, ਬਹੁਤ ਇਮੋਸ਼ਨਲ ਬੰਦਾ, ਕੋਈ ਗੱਲ ਨਹੀਂ, ਤੁਹਾਨੂੰ ਰੋਣ ਨਹੀਂ ਦਿੰਦੇ, ਮੰਨਣ ਵਾਲੇ ਬੰਦੇ ਆ, ਇਮੋਸ਼ਨਲ ਹੋ ਜਾਂਦਾ ਬਹੁਤ ਜਲਦੀ, ਸਹੀ ਗੱਲ, ਮੰਨਿਆ ਅਸੀਂ ਤੁਹਾਡੇ ਵਿਆਹ ਦਾ ਟੌਪਿਕ ਨੂੰ ਥੋੜਾ ਜਿਹਾ ਖਿੱਚ ਕੇ ਰੱਖਿਆ, ਬਿਲਕੁਲ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ 3-4 ਜੀਆਂ ਗੱਲਾਂ ਇਕੱਠੀਆਂ ਕਰਕੇ ਤੁਹਾਨੂੰ
ਇਮੋਸ਼ਨਲ ਹੋਣ ਦੀ ਲੋੜ ਨਹੀਂ, ਤੇਰੇ ਵਿਆਹ ਦੇ ਕਾਰਡ ਸਾਡੇ ਵੱਲੋਂ ਸਪੌਂਸਰ ਹੋ ਜਾਣਗੇ, ਸੋ ਸਟੇ ਸੈਕਟਰੀ ਵੀ ਅਸੀਂ ਕਰ ਲਾਂਗੇ। ਸੋ ਪੇਸ਼ ਮੈਂ ਦਦਾਰ ਗਿਲ ਭਾਈ ਤਾਂ ਥੋੜੀ ਪਰਮਿਸ਼ਨ ਦੇ ਦੇ, ਕਾਂਚੇ ਵੀ ਕਹਿੰਦੇ ਕਿ ਕੋਈ ਗੱਲ ਨਹੀਂ ਦਦਾਰ, ਖਰਚਾ ਵੀ ਮੈਂ ਚੱਕ ਲੂੰਗਾ। ਹਾਂ ਨਹੀਂ ਨਹੀਂ ਇਹ ਭਾਜੀ ਜਿਹੜਾ ਬੰਦੇ ਨੇ ਚੁੱਕਣਗੇ ਖਰਚਾ, ਚੱਕਣਾ ਕਾਹਦਾ ਕਾਹਦਾ ਇਹ ਦੱਸਿਓ। ਮੈਨੂੰ ਲੱਗਿਆ ਭਾਈ ਇਹ ਗੱਲ ਕਹਿਣਗੇ ਕਿ ਨਹੀਂ ਨਹੀਂ ਮੈਨੂੰ ਤਾਂ ਕਿਉਂ ਚੁਕਾਉਣਾ। ਨਹੀਂ ਨਹੀਂ ਇਹ ਮੇਰੇ ਇਹ ਜ਼ਿੰਮੇਵਾਰ ਬੰਦੇ ਨੇ ਕਹਿੰਦਾ ਮੇਰਾ ਪਰਿਵਾਰ ਸਾਂਭਣਗੇ, ਜ਼ਿੰਮੇਵਾਰ ਬੰਦੇ ਆ ਖਰਚਾ ਚੁੱਕਣਗੇ, ਪਰਿਵਾਰ ਮੈਂ ਸਾਂਭ ਲੂੰਗਾ ਖਰਚਾ ਚੁੱਕਣੇ ਗੱਲਾਂ ਜਿਉਂਦੇ ਭਾਈ। ਵੈਸੇ ਮੈਨੂੰ ਗੱਲ ਦੱਸ ਕਰੀ, ਕਿਉਂਕਿ ਨਾ ਪਿੰਡਾਂ 'ਚੋਂ ਜਿੱਦਾਂ ਦੇ ਆਪਾਂ ਆਏ ਹਾਂ ਨਾ, ਸਾਨੂੰ ਭੂਤ ਭਰੇ 'ਚੋਂ ਵੈਸੇ ਬੜਾ ਡਰ ਲੱਗਦਾ ਹੁੰਦਾ ਸੀਗਾ ਛੋਟ। ਮੈਨੂੰ ਤਾਂ ਕਈ ਵਾਰ ਅੱਜ ਵੀ ਲੱਗਦਾ ਹੀ ਹੈ, ਕਿਤੇ ਰਾਤੀ 2 ਵਜੇ ਤੁਸੀਂ ਸੜਕਾਂ 'ਤੇ ਕਿਤੇ ਚਲੇ ਜਾਓ ਤਾਂ ਕਹਿੰਦਾ ਹੀ ਹੈ ਕਿ ਭਾਈ ਪਿੱਛੋਂ ਜੇ ਖਾਲੀ ਸੜਕ 'ਤੇ ਆਪਣੀ ਗੱਡੀ ਜਾ ਰਹੀ ਹੋ, ਬੰਦਾ ਕਹਿੰਦਾ ਹੀ ਆ ਵੀ ਚੱਲ ਕਿਤੋਂ ਆਵੇ ਨਾ, ਕਦੀ ਤਜਰਬਾ ਕਿਹਾ ਨਹੀਂ ਆਇਆ ਕੋਈ ਇਹਦਾ। ਸੋਰੀ ਮਨ ਸਾਹਿਬ, ਮੈਂ ਇੱਕ ਛੋਟਾ ਜਿਹਾ ਰਿਪਲਾਈ ਕਰਾਂ। ਹਾਂਜੀ ਪਲੀਜ਼, ਫਿਰ ਰਿਵਿਊ ਦਿਓ ਪਲੀਜ਼। ਮੈਂ ਇਹ ਗੱਲ ਨਾ ਪਰਸੋਂ ਚੌਥ ਮੇਰੇ ਦਿਮਾਗ 'ਚ ਭਾਜੀ ਚੱਲਦੀ ਸੀਗੀ। ਅੱਛਾ, ਵੀ ਬਹੁਤ ਲੋਕ ਕਹਿੰਦੇ ਵੀ ਕੁਦਰਤ ਨਹੀਂ ਹੈਗੀ। ਹਾਂ ਯਾਰ, ਕੁਦਰਤ ਕਹਿੰਦੇ ਨਹੀਂ ਹੈਗੀ, ਜਦੋਂ ਤੁਸੀਂ ਇਕੱਲੇ ਕਿਤੇ ਪੈਲੀਆਂ 'ਚ ਖੇਤਾਂ 'ਚ ਉਰੇ ਪਰੇ ਜਾਂਦੇ, ਭੂਤ ਤੋਂ ਤੁਸੀਂ ਡਰੀ ਜਾਂਦੇ ਵੀ ਭੂਤ ਹੈਗਾ, ਇਹ ਕਿੱਦਾਂ ਦੀ ਗੱਲ ਆ? ਭੂਤ ਵੇਖਿਆ ਕਦੀ? ਮਤਲਬ ਫਿਰ ਵੀ ਸਾਨੂੰ ਲੱਗਦਾ ਵੀ ਹੈਗਾ ਅਤੇ ਕੁਦਰਤ ਵੀ, ਜੇ ਮਤਲਬ ਸਾਡੇ ਵਿਦਵਾਨ ਸਾਡੇ ਪ੍ਰਚਾਰਕ ਕਹਿ ਰਹੇ ਆ, ਸਾਨੂੰ ਦੱਸ ਰਹੇ ਆ, ਸਾਨੂੰ ਫੀਲ ਹੋ ਰਿਹਾ ਵਾ ਇਹ ਗੱਲ, ਜਦੋਂ ਅਸੀਂ ਕੋਈ ਆਪਣੀ ਸੁੱਖਣਾ ਸੁੱਖਦੇ ਹਾਂ ਸਾਡੀਆਂ ਪੂਰੀਆਂ ਹੁੰਦੀਆਂ, ਅਤੇ ਸਾਨੂੰ ਐਂ ਕਿਉਂ ਲੱਗਦਾ ਵੀ ਕੁਦਰਤ ਤਾਂ ਨਹੀਂ ਪਰ ਭੂਤ ਪ੍ਰੇਤ ਹੈਗੇ ਆ, ਇਹ ਕਿੱਦਾਂ ਦੀ ਗੱਲ ਆ? ਵੀ ਜੇ ਇਹ ਚੀਜ਼ਾਂ ਹੈਗੀਆਂ ਤਾਂ ਕੁਦਰਤ ਵੀ ਇੱਥੇ ਹੀ ਆ, ਸਾਰਾ ਕੁਛ ਆ, ਹੈ ਨਾ? ਇਹ ਚੀਜ਼ਾਂ ਵੀ ਹੋਣਗੀਆਂ, ਲਾਈਕ ਮੈਂ ਨਹੀਂ ਕਹਿੰਦਾ ਨਹੀਂ ਹੋਣਗੀਆਂ, ਨਹੀਂ ਤੁਹਾਡੇ ਨਾਲ ਕਦੀ ਹੋਇਆ ਐਵੇਂ? ਨਹੀਂ ਫਿਲਮ 'ਚ ਹੀ ਹੋਇਆ ਬਾਈ, ਅਸਲੀ 'ਚ ਤਾਂ ਨਹੀਂ ਕਦੀ ਹੋਇਆ, ਐਵੇਂ ਝੂਠ ਮਾਰਦਾ ਮੈਂ, ਕੋਈ ਫਾਇਦਾ ਨਹੀਂ, ਇਹਦਾ ਵਿਆਹ ਨਹੀਂ ਨਾ ਹੋਇਆ ਇਹਦੇ ਨਾਲ। ਮੇਰੇ ਨਾਲ ਵੱਧ ਸ਼ਰੀਫ ਨੇ ਚੱਕਰ ਇਹ ਨਾ, ਸਾਈਕੋਲੋਜੀ ਪੱਖ ਹੈ ਮੇਰੇ ਖਿਆਲ 'ਚ, ਵੀ ਜਦੋਂ ਕੋਈ ਖਾਸ ਆਪਣਾ ਤੁਰ ਜਾਂਦਾ, ਕਿਸੇ ਤੋਂ ਵਿਛੜ ਜਾਂਦੇ ਹਾਂ ਆਪਾਂ, ਤੋਰ ਕੇ ਆਉਂਦੇ ਹਾਂ ਉਹਨੂੰ, ਹੈ ਨਾ, ਵਿਦਾ ਕਰਕੇ ਆਉਂਦੇ ਹਾਂ, ਅਤੇ ਆ ਕੇ ਆਪਾਂ ਨੂੰ ਇਕੱਲੇ ਰਹਿਣਾ ਪੈ ਜੇ, ਇਕੱਲਾਪਣ ਆਪਾਂ ਨੂੰ ਰਾਤ ਨੂੰ ਕਿਤੇ ਤੁਰੇ ਫਿਰਦੇ ਹੋਏ, ਉਹੀ ਚੀਜ਼ਾਂ ਆਪਾਂ ਨੂੰ ਉਹੀ ਸ਼ਖਸ ਫਿਰ ਡਰਾਉਣ ਲੱਗ ਜਾਂਦਾ, ਪਰਛਾਵਿਆਂ 'ਚ ਦਿਖਣ ਲੱਗ ਜਾਂਦਾ, ਐਂ ਲੰਘਿਆ ਭੁਲੇਖੇ ਪੈਣ ਲੱਗ ਜਾਂਦੇ, ਘਰ ਦੇ ਵਿੱਚ ਵੀ ਇੱਧਰ ਨੂੰ ਲੰਘ ਗਿਆ, ਹੈ ਨਾ? ਉਹ ਮੇਰੇ ਖਿਆਲ 'ਚ ਉਹ ਦਿਮਾਗ ਦੀ ਉਹ ਤੁਹਾਡੀ ਹੈਗੀ ਹੈ ਕਾਰਡ, ਉੱਦਾਂ ਦੇਖੀ ਤਾਂ ਕੋਈ ਚੀਜ਼ ਹੈ ਨਹੀਂ, ਉਹ ਆਪਾਂ ਪਰਛਾਵਿਆਂ ਤੋਂ ਆਪਾਂ ਡਰ ਲੱਗ ਜਾਂਦੇ ਉਹਨਾਂ ਚੀਜ਼ਾਂ। ਡਰਾਈਵਰ ਜਿੱਦਾਂ ਟਰੱਕ ਇੱਧਰ ਕਦੇ ਬੰਬੇ ਕਲਕੱਤੇ ਆਪਣੇ ਰੁਜ਼ਗਾਰ ਨੂੰ ਲੈ ਕੇ ਜਾਂਦੇ, ਇਹਨਾਂ ਕੋਲ ਮੈਂ ਜ਼ਰੂਰ ਸੁਣੇ ਆ, ਕਿੱਸੇ ਸੁਣੇ ਆ ਵੀ ਸਾਨੂੰ ਉਹਨੇ ਹੱਥ ਦੇਤਾ ਕੁੜੀ ਬਣ ਗਈ, ਡਰਾਈਵਰਾਂ ਦਾ ਵਿਸ਼ਵਾਸ ਹੋ ਗਿਆ, ਹੋਰ ਨਹੀਂ ਕਿਤੇ ਵਿਸ਼ਵਾਸ ਹੋਇਆ ਯਾਰ, ਵਿਸ਼ਵਾਸ ਮੈਨੂੰ ਤਾਂ ਕੁਦਰਤ ਤੇ ਬਹੁਤ ਵਿਸ਼ਵਾਸ ਹੈ, ਮੈਂ ਤਾਂ ਦੱਸ ਰਿਹਾ ਟਰੱਕ ਵਾਲਿਆਂ ਤੇ ਹੋ ਗਿਆ ਯਾਰ, ਜਿਹਨੂੰ ਸੁਣਿਆ ਉਹਦੇ ਭਾਜੀ ਦੱਸਣਾ, ਮਤਲਬ ਉਹਨਾਂ ਦੱਸਦੇ ਵੀ ਜਦੋਂ ਟਰੱਕ ਕਿਤੇ ਜਾਂਦਾ ਐਂ ਕਰਕੇ ਹੱਥ ਦਿੰਦੀ ਆ ਭੂਤਨੀ, ਫਿਰ ਹੁਣ ਪਤਾ ਨਹੀਂ ਕਿੰਨਾ ਕੁ ਸੱਚ 'ਚ ਕਿੰਨਾ ਕੁ ਝੂਠ, ਉਹਦੇ ਪੈਰ ਐਂ ਹੋ ਗਏ ਜਦੋਂ ਅਸੀਂ ਪੈਰ ਵੇਖੇ, ਫਿਰ ਅਸੀਂ ਹਾਂ ਵੀ ਅਸੀਂ ਜਾਨ ਛਡਾ ਕੇ ਉੱਥੋਂ ਭੱਜੇ, ਬੜੀ ਮੁਸ਼ਕਲ, ਮਤਲਬ ਕਿੱਦਾਂ ਕਿੱਦਾਂ ਜਿਹੜਾ ਬਚਾਅ ਆ, ਜਾਂ ਇੱਕ ਨਾ ਸਲੇਡਾ ਜਿਹੜਾ ਹੁੰਦਾ ਆ ਉਹ, ਜਿਹੜੇ ਆ ਬਹੁਤ ਪੁਰਾਣੀ ਗੱਲ ਨਹੀਂ, ਉਹ ਤੇ ਹੁਣ ਦੀਆਂ ਗੱਲਾਂ ਨੇ, ਜੇ ਵੀ ਆਉਂਦੇ ਵੀ ਬੱਕਰੀ ਬਣ ਕੇ ਰਹਿਦੀਆਂ ਨੇ ਮਨ ਸਾਹਿਬ, ਵੀ ਬੱਕਰੀ ਬਣ ਕੇ ਜਾਂ ਕੋਈ ਡੰਗਰ ਬਣ ਕੇ ਜਾਂ ਹਿਰਨ ਬਣ ਕੇ, ਵੀ ਖੇਤਾਂ ਦੇ ਵਿੱਚ ਅਕਸਰ ਹੀ ਜਿਹੜੇ ਵਡੇਰੇ ਆਪਣੇ ਦਾਦਾ ਜੀ ਦੀ ਜਾਂ ਨਾਨਾ ਜੀ ਦੀ ਉਮਰ ਦੇ, ਵੀ ਉਹਨਾਂ ਨੇ ਉਹ ਚੀਜ਼ਾਂ ਵੇਖੀਆਂ ਹੋਈਆਂ, ਉਹ ਬਹੁਤੀਆਂ ਪੁਰਾਣੀਆਂ ਨੇ ਸਲੇਡਾ ਜਿਹੜਾ, ਪਰ ਸਲੇਡੇ ਤੇ ਭੂਤ 'ਚ ਫਰਕ ਆ, ਭੂਤ ਕੋਈ ਹੋਰ ਕੈਟਾਗਰੀ ਆ, ਜਿੱਦਾਂ ਇੱਕ ਨੇ ਐਮ ਏ ਕੀਤੀ ਹੋਵੇ ਤੇ ਇੱਕ ਦਸਵੀਂ ਪਾਸ ਵਾਲਾ ਹੋਵੇ, ਸਲੇਡਾ ਕੁਆਲੀਫਿਕੇਸ਼ਨ ਦਾ ਫਰਕ ਹੁੰਦਾ ਭੂਤਾਂ 'ਚ। ਮੈਂ ਦੱਸਿਆ ਆਪਣੇ ਤਰੀਕੇ ਨਾਲ, ਕਿਸੇ ਗੱਲ ਨਹੀਂ ਹੈਗੀ, ਤੁਹਾਡੀ ਸਟੱਡੀ 'ਚ ਫਰਕ ਹੈ, ਤੁਹਾਡੀ ਪੜ੍ਹਾਈ 'ਚ ਫਰਕ ਹੈ, ਹਾਂ ਵੀ ਉਹ ਉਦਾਂ ਜੇ ਆ ਵੀ ਜੇ ਮੈਂ ਭਾਜੀ ਮੈਂ ਇੱਕ ਗੱਲ ਹੋਰ, ਮੰਡ ਸਾਹਿਬ ਜਵਾਬ ਇਹ ਤਾਂ ਦੇਣਗੇ ਜਾਂ ਤੁਸੀਂ ਦਿਓ, ਮੈਂ ਸਵਾਲ ਕਰ
ਵੀ ਜਿੱਦਾਂ ਬੰਦੇ ਪੜ੍ਹੇ ਲਿਖੇ ਹੁੰਦੇ ਆ ਤੇ ਜੇ ਇਹ ਬੰਦੇ ਤੋਂ ਹੀ ਬਾਅਦ ਚ ਭੂਤ ਬਣਦੇ ਆ ਮਰ ਕੇ ਜਾਂ ਕਿਤੇ ਹੁੰਦੇ, ਇਹ ਵੀ ਪੜ੍ਹੇ ਲਿਖੇ ਹੁੰਦੇ ਕਿ ਪੜ੍ਹੇ ਹੁੰਦੇ ਸਾਰੇ? ਨਹੀਂ ਨਹੀਂ ਉਹ ਤਾਂ ਨਾ ਮੈਨੂੰ ਇੱਕ ਵਾਰੀ ਟੱਕਰਿਆ ਸੀ, ਉਹ ਪੜ੍ਹਿਆ ਲਿਖਿਆ ਨਾ ਪੜ੍ਹਿਆ ਲਿਖਿਆ ਕੀ ਕਹਿੰਦਾ ਡਰਨਾ ਮੈਂ PhD ਕੁਛ ਨਹੀਂ ਕਹਿੰਦਾ, ਕਹਿੰਦਾ ਦਦਾਰ ਵੀ ਜਾਣਦਾ ਮੈਨੂੰ, ਲੋਕਾਂ ਨੇ ਡਰ। ਇੱਕ ਵਾਰ ਨਾ ਮੈਂ ਮੇਰੇ ਨਾਲ ਜਾਂਦਾ ਹੁੰਦਾ ਸੀ ਮੁੰਡਾ ਇੱਕ ਗੱਡੀ ਲੈ ਕੇ, ਤੇ ਸ਼ਾਮ ਨੂੰ ਅਸੀਂ ਪ੍ਰੋਗਰਾਮ ਤੋਂ ਆ ਰਹੇ, ਰਾਤ ਨੂੰ 10-11 ਵੱਜ ਗਏ ਨਾ। ਮੈਂ ਉਹਨੂੰ ਪੁੱਛਿਆ ਮਹਾਂ ਵੀਰੇ ਪਹਿਲਾਂ ਕੀ ਕੰਮ ਕਰਦਾ ਸੀ? ਇਹੀ ਹੈ? ਨਹੀਂ, ਕਹਿੰਦਾ ਪਹਿਲਾਂ ਮੈਂ ਵੱਡੀ ਗੱਡੀ ਚਲਾਉਂਦਾ ਹੁੰਦਾ ਸੀ, ਉਹ ਜਿਹੜਾ 407 ਨਹੀਂ ਟੈਂਪੂ ਜਿਹਾ, ਸ਼ੋਰਟ 'ਚ ਦੱਸਦਾ ਕਹਾਣੀ ਜੀ ਇੱਕ। ਅਤੇ ਮੈਂ ਕਿਹਾ ਛੱਡ ਕਿਉਂ ਦਿੱਤੀ? ਕਹਿੰਦਾ ਛੱਡੀ ਨਹੀਂ ਯਾਰ, ਮਾਲਕਾਂ ਨੇ ਛੁਡਵਾਤੀ। ਮੈਂ ਕਿਵੇਂ? ਇੱਕ ਵਾਰ ਕਹਿੰਦਾ ਦਿੱਲੀ ਭੇਜਤਾ ਉਹਨਾਂ ਨੇ ਮੈਨੂੰ ਏਅਰਪੋਰਟ 'ਤੇ ਜਾਣਾ, ਮਲੇਸ਼ੀਆ ਤੋਂ ਵੀ ਉਹ ਆਉਣੀਆਂ ਬੋਡੀ ਆਉਣੀਆਂ, ਹੈ ਨਾ, ਬੋਡੀ ਆਉਣੀਆਂ। ਅਤੇ ਮੈਂ ਗਿਆ ਉੱਥੇ, ਕਹਿੰਦਾ ਗੱਡੀ ਲਾਤੀ। ਮੈਂ ਸੋਚਿਆ ਕਿਤੇ ਆਹ ਜਿਹੜੇ ਦੂਜੇ ਪਾਰਟਸ ਆਉਂਦੇ ਆ ਆਟੋ ਵਗੈਰਾ ਦੇ ਜਾਂ ਕਿਸੇ ਹੋਰ ਚੀਜ਼ ਦੀਆਂ ਬੋਡੀਆਂ ਹੋਣਗੀਆਂ ਵੀ ਪਿੱਛੇ ਰੱਖ ਦੇਣਗੇ। ਕਹਿੰਦਾ ਜਦੋਂ ਉੱਥੇ ਕੋਈ ਹਾਦਸਾ ਹੋ ਗਿਆ ਸੀ ਉੱਥੇ, ਅਤੇ ਉਹ ਪੈਕ ਕਰਕੇ ਨਾ 4-5 ਬੋਡੀਆਂ ਕਹਿੰਦਾ ਉਹਨਾਂ ਨੇ ਲਿਆ ਕੇ ਡੈੱਡ ਬੋਡੀ 'ਚ ਕਹਿੰਦਾ ਮੇਰੀ ਗੱਡੀ 'ਚ ਲਾ ਦਿੱਤੀਆਂ। ਅਤੇ ਮੈਨੂੰ ਕਿਹਾ ਵੀ ਜਾ ਲੈ ਜਾ ਉੱਥੇ ਜਾ ਕੇ ਥਾਣੇ 'ਚ ਰਿਸੀਵ ਕਰਾ ਦੀਆਂ ਨਾ, ਪੰਜਾਬ 'ਚ ਜਾਣਾ ਸੀ ਉੱਥੇ। ਕਹਿੰਦਾ ਮੈਂ ਲੈ ਆਇਆ ਭਰਾਵਾ, ਮੈਨੂੰ ਉਹਨਾਂ ਨੇ ਦੱਸ ਤਾਂ ਦਿੱਤਾ ਮੇਰਾ ਗੱਡੀ ਅੱਗੇ ਨੂੰ ਜਾਵੇ, ਕਹਿੰਦਾ ਦਿਮਾਗ ਮੇਰਾ ਪਿੱਛੇ ਸਾਰਾ, ਹੈ ਨਾ। ਕਹਿੰਦਾ ਰਸਤੇ 'ਚ ਇੱਕ ਬੰਦੇ ਨੇ ਹੱਥ ਦਿੱਤਾ, ਕਹਿੰਦਾ ਮੈਂ ਨਾਲ ਦੀ ਨਾਲ ਬ੍ਰੇਕ ਮਾਰ ਕੇ ਐਂ ਚੜਾ ਲਿਆ, ਫੜ ਕੇ ਆ ਜਾ ਵੀਰੇ ਕਿੱਥੇ ਜਾਣਾ? ਕਹਿੰਦਾ ਅੰਬਾਲੇ ਜਾਣਾ। ਕਹਿੰਦਾ ਅੰਬਾਲਾ ਵੀ ਆ ਗਿਆ, ਉਹ ਕਹੀ ਜਾਵੇ ਯਾਰ ਹੌਲੀ ਕਰ ਲਿਆ, ਅੰਬਾਲਾ ਆ ਗਿਆ ਮੈਂ ਉਤਰਨਾ, ਹੈ ਨਾ। ਕਹਿੰਦਾ ਉਤਰ ਜੀ ਵੀਰ ਬਣ ਕੇ ਥੋੜ੍ਹਾ ਜਿਹਾ ਹੋਰ ਅੱਗੇ ਉਤਰੀ। ਕਹਿੰਦਾ ਪਿੱਛੇ ਕੀ ਹੈਗਾ? ਕਹਿੰਦਾ ਪਹਿਲਾਂ ਤਾਂ ਮੈਨੂੰ ਦੱਸਿਆ ਨਹੀਂ, ਫਿਰ ਹੌਲੀ ਹੌਲੀ ਉਹਨੂੰ ਮੈਂ ਕਰਕੇ ਦੱਸਤਾ ਵੀ ਡੈੱਡ ਬੋਡੀਆਂ ਨੇ ਪਿੱਛੇ। ਕਹਿੰਦਾ ਉਹ ਤਾਂ ਛਾਲ ਮਾਰਨ ਨੂੰ ਜਾਵੇ ਉਹ ਉਤਰਨ। ਸੋ ਇੱਦਾਂ ਦੇ ਵੀ ਉਹ ਤੋਂ ਬਾਅਦ ਜਦੋਂ ਉਹਨੇ ਬੰਦੇ ਨੇ ਕਾਫੀ ਲੰਬੀ ਹੈ, ਮੈਂ ਦੱਸ ਉਹ ਮੈਂ ਐਡੀ ਵੱਡੀ ਇੰਟਰਵਿਊ 'ਚ ਸੁਣਾਉਣੀ ਨਹੀਂ ਚਾਹੁੰਦਾ। ਅਤੇ ਉਹ ਤੋਂ ਬਾਅਦ ਕਹਿੰਦਾ ਉਹ ਜਦੋਂ ਬੰਦਾ ਉਤਰ ਗਿਆ ਨਾ, ਉਹ ਚੀਜ਼ਾਂ ਕਹਿੰਦਾ ਉਹ ਸਾਰੀਆਂ ਮੈਨੂੰ ਐਂ ਬਾਹਰ ਨੂੰ ਦੇਖਾਂ, ਮੈਨੂੰ ਦਰੱਖਤਾਂ 'ਚ ਐਂ ਤੁਰੇ ਜਾਂਦੇ, ਉਹ ਦਰੱਖਤ ਵੀ ਮੈਨੂੰ ਉਹ ਲੱਗਣਾ ਨਾ, ਸਾਰੀਆਂ ਚੀਜ਼ਾਂ ਵੀ ਮੇਰੇ ਨਾਲ ਬੰਦੇ ਤੁਰੇ ਜਾ ਰਹੇ। ਕਹਿੰਦਾ ਫਿਰ ਕੰਟਰੋਲ ਜਾ ਕਰਕੇ ਮੈਂ ਗੱਡੀ ਚਲਾਇਆ ਕਰਾਂ, ਫਿਰ ਆ ਕੇ ਕਹਿੰਦਾ ਅੰਬਾਲਾ ਟੱਪ ਕੇ ਕਹਿੰਦਾ ਬ੍ਰੇਕ ਮਾਰੀ, ਠੇਕਾ ਦੇਖਿਆ ਮੈਨੂੰ ਉੱਥੋਂ, ਪਊਆ ਲਿਆ ਪਊਆ ਸਿੱਟਿਆ, ਫਿਰ ਕਹਿੰਦਾ ਮੈਨੂੰ ਦਰੱਖਤ ਦਿਖਣ ਲੱਗੇ। ਇਹ ਵੱਡੀ ਸੀ ਕਹਾਣੀ, ਸੋ ਮੈਂ ਸ਼ੋਰਟ ਜਿਹੀ ਕੋਈ ਗੱਲ ਨਹੀਂ, ਜਿਵੇਂ ਮੈਂ ਤੁਸੀਂ ਮੈਨੂੰ ਟੋਣ ਵਾਲੇ, ਮੈਂ ਤੁਹਾਨੂੰ ਟੋਣ ਵਾਲਾ ਨਹੀਂ ਕੱਟ ਦੇ ਚਾਹੇ। ਅੱਛਾ, ਪਰ ਫਿਲਮ ਹੁਣ ਇੰਟਰਵਿਊ ਦੀ ਕਲੋਜ਼ਿੰਗ ਕਰਦੇ, ਮੈਂ ਕਿਹਾ ਫਿਲਮ ਦੀ ਕਲੋਜ਼ਿੰਗ ਕਰਦੇ ਆ। ਜੀ ਜੀ ਜੀ। ਦਲਜੀਤ ਬਾਈ, ਗਿੱਪੀ ਬਾਈ, ਐਮੀ ਵਿਰਕ ਜਾਂ ਜਿਹੜੇ ਵੀ ਕਲਾਕਾਰ ਨੂੰ ਲੋਕ ਜ਼ਿਆਦਾ ਦੇਖਣਾ ਪਸੰਦ ਕਰਦੇ ਨੇ, ਕੰਮ ਸਾਰੇ ਹੀ ਕਲਾਕਾਰ ਬੜਾ ਚੰਗਾ ਕਰ ਰਹੇ ਨੇ, ਭਾਵੇਂ ਉਹ ਐਕਟਰ ਦੇ ਤੌਰ 'ਤੇ ਹੋਵੇ, ਮੇਨ ਲੀਡ ਦੇ ਤੌਰ 'ਤੇ ਜਾਂ ਸਪੋਰਟਿੰਗ ਕਰੈਕਟਰ ਦੇ ਤੌਰ 'ਤੇ ਹੋਵੇ, ਬਟ ਬਾਈ ਮੈਂ ਤੁਹਾਨੂੰ ਦੋਵਾਂ ਤੋਂ ਪੁੱਛਣਾ ਚਾਹੁੰਦਾ, ਜਦੋਂ ਵੀ ਐਸੇ ਕਲਾਕਾਰ ਨਾਲ ਫਿਲਮ ਆਉਂਦੀ ਹੈ, ਜਿਵੇਂ ਮੈਂ ਨਾਮ ਲਿਆ ਗਿੱਪੀ ਬਾਈ, ਦਲਜੀਤ ਬਾਈ, ਐਮੀ ਵਿਰਕ, ਤੁਹਾਨੂੰ ਇੱਦਾਂ ਫੀਲ ਹੁੰਦਾ ਕਿ ਚੱਲ ਹੁਣ ਇੱਕ ਚੰਗਾ ਵੱਡਾ ਪ੍ਰੋਜੈਕਟ ਮੇਰੀ ਜ਼ਿੰਦਗੀ 'ਚ ਜੁੜਿਆ ਆ, ਕਿ ਜਿਹੜਾ ਕਿ ਆਉਣ ਵਾਲੇ ਸਮੇਂ ਤੱਕ ਮੈਨੂੰ ਹੋਰ ਜ਼ਿਆਦਾ ਇਸ ਚੀਜ਼ ਦਾ ਇੰਪੈਕਟ ਮੇਰੀ ਜ਼ਿੰਦਗੀ 'ਚ ਅੱਛਾ ਪਊਗਾ, ਚੰਗਾ ਪਊਗਾ? ਬਿਲਕੁਲ, ਤੁਹਾਨੂੰ ਇਸ ਇੰਡਸਟਰੀ 'ਚ ਲੜਾਈ ਕਰਾਉਣ ਵਾਲਾ ਸਵਾਲ ਆ? ਨਹੀਂ ਨਹੀਂ, ਲੜਾਈ ਵਾਲੀ ਤਾਂ ਕਿਹੜੀ ਗੱਲ ਹੈ, ਕੰਮ 'ਚੋਂ ਕੰਮ, ਕੰਮ 'ਚੋਂ ਕੰਮ ਨਿਕਲਦਾ। ਇੱਦਾਂ ਦੀ ਨਹੀਂ ਗੱਲ, ਮਤਲਬ ਇਹ ਵੀ ਮੈਨੂੰ ਐਂ ਲੱਗਦਾ ਹੁੰਦਾ ਵੀ ਜਿੰਨਾ ਤੁਸੀਂ ਕੰਮ ਕਰਦੇ ਆ, ਚਲੋ ਚੰਗੀ ਗੱਲ ਹੈ ਵੀ ਯਾਰ ਜੇ ਬੈਨਰ ਤੁਹਾਨੂੰ ਵੱਡੇ ਮਿਲਦੇ ਆ, ਵੱਡੀ ਚਾਂਸ ਮਿਲਦੇ ਆ, ਤੇ ਤੁਸੀਂ ਜ਼ਿਆਦਾ ਆਡੀਅੰਸ ਦੇ ਸਾਹਮਣੇ ਆ ਜਾਂਦੇ ਆ, ਹੈ ਨਾ, ਇੰਡਸਟਰੀ ਦੇ ਸਾਹਮਣੇ ਆਏ ਨੇ, ਅਤੇ ਕਈ ਵਾਰ ਕੀ ਹੁੰਦਾ ਕਿ ਕਈ ਫਿਲਮਾਂ ਹੋਂਦ 'ਚ ਨਹੀਂ ਆਉਂਦੀਆਂ, ਹੈ ਨਾ। ਪਰ ਮੈਂ ਇਹ ਵੀ ਵੇਖਿਆ ਵੀ ਕਈ ਫਿਲਮਾਂ ਹੋਂਦ 'ਚ ਨਹੀਂ ਆਈਆਂ, ਪਰ ਉਹਨਾਂ ਦੇ ਕਿਰਦਾਰ ਜਿਹੜੇ ਉਹਨੇ ਕੀਤੇ ਸੀਗੇ ਉਹਨਾਂ ਨੂੰ ਬਹੁਤ ਬਹੁਤ ਕੰਮ ਮਿਲ ਗਿਆ ਸੀ, ਵੀ ਲਾਈਕ ਤੁਸੀਂ ਆਪਣੇ ਕੰਮ ਪ੍ਰਤੀ ਇਮਾਨਦਾਰੀ ਤੁਹਾਡੀ ਹੋਣੀ ਚਾਹੀਦੀ ਆ। ਇਹ ਸੈਕਿੰਡ ਆ ਵੀ ਕੈਮਰਾ ਸੇਮ ਲੱਗਣਾ ਤੁਹਾਨੂੰ ਸ਼ੂਟ ਕਰਨ ਲਈ, ਲਾਈਟਾਂ ਵੀ ਸੇਮ ਲੱਗਣੀਆਂ,
ਹੁਣ ਚੱਲ ਠੀਕ ਹੈ ਜੇ ਐਕਟਰ ਜਾਂ ਬੈਨਰ ਤੁਹਾਡੇ ਕੋਲ ਵੱਡਾ ਆ ਅਤੇ ਪਲੱਸ ਪੁਆਇੰਟ ਆ, ਨਹੀਂ ਤਾਂ ਜੀ ਇਹਦਾ ਇਹ ਮਤਲਬ ਨਹੀਂ ਵੀ ਜੇ ਕੋਈ ਜਿਹਨੂੰ ਮੈਂ ਤਾਂ ਵੈਸੇ ਕਿਸੇ ਨੂੰ ਛੋਟਾ ਕਹਿੰਦਾ ਨਹੀਂ ਵੀ ਜੇ ਔਡੀਅੰਸ ਛੋਟਾ ਨਹੀਂ, ਮੇਰੇ ਕਹਿਣ ਦਾ ਭਾਵ ਇਹ ਸੀਗਾ ਕਿ ਜਦੋਂ ਵੀ ਇਨਸਾਨ ਤੁਹਾਡੀ ਜ਼ਿੰਦਗੀ 'ਚ ਨਹੀਂ ਸਾਡੀ ਜ਼ਿੰਦਗੀ 'ਚ ਵੀ ਜਦੋਂ ਕੋਈ ਚੀਜ਼ ਵੱਡੇ ਲੈਵਲ 'ਤੇ ਚੰਗੀ ਹੁੰਦੀ ਹੈ ਨਾ, ਸਾਡੇ ਕਰੀਅਰ 'ਚ ਇੱਕ ਗ੍ਰਾਫ ਇੱਕ ਐਡ ਹੋ ਜਾਂਦਾ ਕਿ ਹਾਂ ਅਸੀਂ ਇਹਨਾਂ ਨਾਲ ਵੀ ਕੰਮ ਕਰ ਚੁੱਕੇ, ਵੈਰੀ ਗੁੱਡ, ਅਸੀਂ ਇਹਨਾਂ ਨਾਲ ਵੀ ਕੰਮ ਕੀਤਾ, ਉਹ ਤਾਂ ਭਾਅ ਜੀ ਪਲੱਸ ਪੁਆਇੰਟ ਹੀ ਹੈ ਉਹਦੇ ਨਾਲ, ਤਾਂ ਕਲੀਅਰ ਦੀ ਗੱਲ ਹੈ ਵੀ ਜਦੋਂ ਤੁਸੀਂ ਇੰਨੇ ਵੱਡੇ ਲੈਵਲ 'ਤੇ ਆਪਣਾ ਕੰਮ ਕਰੋਗੇ ਤਾਂ ਉਹ ਹੋਰ ਅੱਗੇ ਕੰਮ ਵੀ ਮਿਲੂਗਾ ਔਰ ਕੰਮ ਦੀ ਤਾਰੀਫ ਵੀ ਹੋਊਗੀ ਐਂਡ ਵਧੀਆ ਤੁਹਾਡੀਆਂ ਸਾਰੀਆਂ ਚੀਜ਼ਾਂ ਜਿਹੜੀਆਂ। ਹਾਂ ਬਿਲਕੁਲ ਵੀਰੇ, ਕਰੈਕਟਰ ਕਈ ਨਾ ਤੁਹਾਡਾ ਜੇ ਫਿਲਮ 'ਚ ਮਾੜੀ ਮੋਟੀ ਤੁਹਾਨੂੰ ਲੱਗਦਾ ਵੀ ਕੁਛ ਊਚ ਨੀਚ ਰਹਿ ਜਾਂਦੀ ਹੈ, ਕਰੈਕਟਰ ਕਈ ਐਡੇ ਵਧੀਆ ਹੋ ਜਾਂਦੇ ਆ ਵੀ ਕਰੈਕਟਰ ਤੁਹਾਨੂੰ ਅੱਗੇ ਕੰਮ 'ਚੋਂ ਕੰਮ ਲਵਾਉਂਦੇ ਆ, ਜਿਹੜੇ ਲੋਕਾਂ ਨੂੰ ਯਾਦ ਰਹਿੰਦੇ ਵੀ ਯਾਰ ਉਹ ਕਰੈਕਟਰ ਕਰਿਆ ਸੀ ਉਸ ਬੰਦੇ ਨੂੰ ਆਪਾਂ ਅਗਲੇ ਪ੍ਰੋਜੈਕਟ 'ਚ ਲੈਂਦੇ ਹਾਂ ਨਾ। ਹਰ ਫਿਲਮ ਛੋਟੀ ਹੋਵੇ ਚਾਹੇ ਵੱਡੀ ਹੋਵੇ ਉਹ ਕੋਈ ਮੈਟਰ ਨਹੀਂ ਕਰਦਾ, ਮੇਰਾ ਖਿਆਲ ਹੈ ਹਰ ਕੰਮ 'ਚੋਂ ਕੰਮ ਅੱਗੇ ਨਿਕਲਦਾ। ਮੇਰਾ ਦਿਲ ਸੀਗਾ ਕਿ ਇਸ ਚੀਜ਼ ਦੇ ਬਾਰੇ ਕੁਛ ਗੱਲਾਂ ਇੱਦਾਂ ਦੀਆਂ ਹੁਣ ਜਿਹੜੀਆਂ ਦਿਲੋਂ ਨਿਕਲਣ ਜੀ, ਅਤੇ ਤੁਸੀਂ ਦਿਲਦਾਰ ਬੰਦੇ ਹੋ ਤਾਂ ਹੀ ਇਹ ਗੱਲਾਂ ਦਿਲ ਤੋਂ ਅਸੀਂ ਕਿਸੇ ਕਿਸੇ ਨਾਲ ਕਰ ਪਾਉਂਦੇ ਹਾਂ, ਕਿਉਂਕਿ ਇੱਦਾਂ ਲੱਗਦਾ ਕਿ ਸਾਡੇ ਵਰਗਿਆਂ ਵਾਸਤੇ ਵੀ ਨਾ ਇੱਕ ਨਾ ਉਹ ਇੱਕ ਚੰਗਾ ਫੀਲ ਹੋਣਾ ਜਾਂ ਚੰਗਾ ਮਹਿਸੂਸ ਹੋਣਾ ਉਹ ਬਹੁਤ ਜ਼ਰੂਰੀ ਹੁੰਦਾ, ਤਾਂ ਹੀ ਗੱਲਾਂ ਅਸੀਂ ਇਸ ਤਰੀਕੇ ਨਾਲ ਕਰ ਪਾਉਂਦੇ ਹਾਂ। ਬੜਾ ਬੜਾ ਧੰਨਵਾਦ ਮਨ ਬਾਈ, ਦੀਦਾਰ ਬਾਈ, ਥੈਂਕ ਯੂ ਸ਼ੁਕਰੀਆ, ਥੈਂਕ ਯੂ ਭਾਅ ਜੀ, ਥੈਂਕ ਯੂ। ਸੋ 15 March ਨੂੰ ਫਿਲਮ ਰਿਲੀਜ਼ ਹੋ ਜਾਣੀ ਹੈ ਸਾਰੇ ਥੀਏਟਰਾਂ 'ਚ, ਅਤੇ ਬਹੁਤ ਸੋਹਣੀ ਪਰਿਵਾਰਿਕ ਫਿਲਮ ਹੈ, ਸਾਰਿਆਂ ਨੇ ਵੇਖ ਕੇ ਆਉਣੀ ਹੈ, ਤੁਹਾਨੂੰ ਸਾਰਿਆਂ ਨੂੰ ਘੈਂਟ ਲੱਗੂਗੀ, ਚੰਗਿਆੜੇ ਕੱਢੇ ਪਏ ਆ ਅੱਗੇ। ਅਕਸਰ ਹੀ ਮੇਰੇ ਤੋਂ ਲੋਕਾਂ ਨੂੰ ਬੜੀ ਸ਼ਿਕਾਇਤ ਰਹਿੰਦੀ ਵੀ ਕਰੈਕਟਰ ਤੇਰਾ ਛੋਟਾ ਹੁੰਦਾ, ਐਰਗਾਂ ਭਾਜੀਆਂ ਦੇ ਵੀ ਲੈਵਲ ਲਾਲਾ ਰਹੀ ਜੀ, ਕੱਢ ਲਾ ਚੰਗਿਆੜੇ, ਬਿਲਕੁਲ ਬਹੁਤ ਵੱਡੇ ਵੱਡੇ ਮੌਕੇ ਦਿੱਤੇ, ਮੌਕੇ ਤਾਂ ਐਡੇ ਦਿੱਤੇ ਵੀ ਪਹਾੜਾਂ ਦੇ ਚੜਾ ਚੜਾ ਮੌਕੇ ਦਿੱਤੇ ਪੰਜਾਬ ਜਾ ਕੇ। ਜੀ ਰਿਕੁਐਸਟ ਹੈ ਵੀਰੋ ਕਿ ਜੇ ਦੀਦਾਰ ਬਾਈ ਨੇ 2 ਸਾਲ ਹੋਰ ਦਾ ਨਾ ਵਿਆਹ ਕਰਾਇਆ, ਹਾਂ ਤੀਜੇ ਸਾਲ ਕਿਸੇ ਪ੍ਰੋਡਿਊਸਰ ਨੇ ਤੁਹਾਨੂੰ ਆਪਣੇ ਆਪ ਅਪਰੋਚ ਕਰ ਦੇਣਾ ਕਿ ਦੀਦਾਰ ਬਾਈ ਸਕ੍ਰਿਪਟ ਇਹੀ ਆ, ਹਾਂ ਕਿ ਤੇਰੇ ਕਰੀਅਰ ਤੇ ਡਿਪੈਂਡ ਆ, ਸਾਡੇ ਬੰਦੇ ਨੇ ਵਿਆਹ ਨਹੀਂ ਕਰਾਇਆ ਤਾਂ ਦੇਖੋ ਕੀ ਜ਼ਿੰਦਗੀ ਮੈਨੂੰ ਅੱਗੇ ਇੱਕ ਫਿਰ ਬਣ ਜਾਣੀ, ਸਹੀ ਕਹਿ ਰਹੇ ਹੋ, ਮੈਂ ਕਿਹਾ ਭਰਾਵਾ ਮੈਂ ਨਹੀਂ ਬਣਾਉਣੀ, ਮੇਰਾ ਤਾਂ ਅੱਗੇ ਬੜੇ ਰੌਲੇ ਨਜਾਇਜ਼ ਚੱਲਣ ਡੇ, ਜੇ ਮੈਂ ਫਿਲਮ ਵੀ ਉੱਥੋਂ ਸ਼ੁਰੂ ਕਰ ਲਈ ਤੇ ਉਹ ਮੇਰੇ ਤੇ ਮੈਨੂੰ ਜਾਂਦਾ ਟੈਗ ਹੀ ਕੋਈ ਨਾ ਕੋਈ ਇੱਦਾਂ ਦਾ ਲੱਗ ਜਾਣਾ, ਮੈਂ ਭਰਾਵਾ ਮੈਂ ਨਹੀਂ ਕਰਨੀ ਆ ਜੀ ਇਹ ਫਿਲਮ ਇੱਦਾਂ ਦੀ ਛੜੀਆਂ ਵਾਲੀ। ਪਰ ਬਾਈ ਬੜਾ ਬੜਾ ਧੰਨਵਾਦ, ਥੈਂਕ ਯੂ ਜੀ, ਜ਼ਰੂਰ ਰਲ ਮਿਲ ਕੇ ਦੇਖਦੇ ਹਾਂ 15 March ਜੱਟ ਨੂੰ ਚੜੇਲ ਟੱਕਰੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ।